ਕਹਿੰਦੇ ਉਹ ਆਵਾ ਤੇ RSS ਮੋਦੀ ਦੀ ਹੈ, ਹੈ ਮੋਦੀ RSS ਦਾ ਬੰਦਾ ਹੀ ਹੈ ਨਾ, ਤੇ ਉਹ RSS ਦੇ ਬੰਦੇ ਉਹ ਆ, ਕਿਵੇਂ ਬੰਦ ਹੋ ਸਕਦਾ ਫਿਰ ਨਸ਼ਾ, ਖਤਮ ਕਿਵੇਂ ਹੋ ਸਕਦਾ? ਬੜੇ ਬੜੇ ਕੈਪਟਨ ਵਰਗੇ ਜਿਹੜੇ ਉਹ ਭੱਜ ਕੇ ਨਾਲ ਇਹਨਾਂ ਦੇ ਭਾਜਪਾ ਵਾਲਿਆਂ ਦੇ ਨਾਲ ਵਾਲੇ ਦੁਆਰਿਆਂ ਦੇ ਵਿੱਚ, ਅਸੀਂ ਖਾਲਸੇ ਹੈਗੇ ਹਾਂ ਰਾਖੀ ਕਰਨ ਵਾਲੇ, ਸਭ ਸਾਨੂੰ ਪਤਾ ਵਾ, ਇਹ ਕਿਉਂ ਗਲਤ ਕਰਦੇ ਆ NSA ਲਾ ਕੇ ਜਾਂ ਸਿੱਖਾਂ ਦੇ ਐਸਾ ਕੰਮ ਕਰਦੇ? ਬੀਬੀਆਂ ਦੇ ਕੀ ਮੁੱਦੇ ਨੇ? ਕੌਲੀ, ਮੈਨੂੰ ਲੱਗਦਾ ਮੁੱਦਾ ਕੌਲੀ ਹੈ ਇਹਨਾਂ ਦਾ, ਹੈ ਨਾ, ਮੇਨ ਮੁੱਦਾ ਹੀ ਕੌਲੀ ਦਾ, ਭਾਂਡਿਆਂ ਦਾ ਹਾਂਜੀ ਹਾਂਜੀ। ਅਸੀਂ ਤਾਂ ਅੰਮ੍ਰਿਤਪਾਲ ਨੂੰ ਪਾਵਾਂਗੇ ਵੋਟ। ਕਿਉਂ? ਕਿਉਂਕਿ ਅੰਮ੍ਰਿਤਪਾਲ ਨੇ ਵਧੀਆ ਕੰਮ ਕੀਤਾ ਜਿੰਨਾ ਟਾਈਮ ਰਹੇ ਆ ਸਾਡੇ ਕੋਲ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਇੰਨਾ ਮਿਲ ਕੇ ਉਹ ਜਿਹੜਾ ਸਾਧ ਆ ਉਹਦੇ ਨਾਲ ਕਰਾਈ। ਤੁਸੀਂ ਨਸ਼ੇ ਬਾਰੇ ਦੱਸਦੇ ਸੀ ਉਹਨਾਂ ਨੂੰ? ਦੱਸਦੇ ਹਾਂ ਅਸੀਂ, ਜਦੋਂ ਜੇ ਮੈਂ ਹੁਣ ਬਹੁਤੀ ਗੱਲ ਨਹੀਂ ਕਰਨੀ, ਰਹਿੰਦੇ ਨੇ ਰਾਜ ਖੁੱਲ੍ਹ ਜਾਣਗੇ, ਬੜਾ ਕੁਝ ਹੁੰਦਾ ਵਾ। ਅੰਮ੍ਰਿਤਪਾਲ ਨੂੰ ਵੋਟ ਪਾਉਣੀ ਹੈ? ਲੱਗਦਾ ਵੀ ਅੰਮ੍ਰਿਤਪਾਲ ਤੁਹਾਡੀ ਗੱਲ ਕਰੂਗਾ। ਹਾਂਜੀ ਕਰੂਗਾ, ਜ਼ਰੂਰ ਕਰੂਗਾ। ਚਲੋ ਸ਼ੁਕਰੀਆ। ਇਸ ਸਮੇਂ ਅਸੀਂ ਖਡੂਰ ਸਾਹਿਬ ਦੇ ਵਿੱਚ ਮੌਜੂਦ ਹਾਂ, ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਦੇ ਬਿਲਕੁਲ ਸਾਹਮਣੇ, ਅਤੇ ਇੱਥੇ ਹੀ ਖਡੂਰ ਸਾਹਿਬ ਦਾ ਮੇਨ ਬਾਜ਼ਾਰ ਹੈ। ਇੱਥੇ ਬਾਜ਼ਾਰ ਦੇ ਵਿੱਚ ਆਮ ਲੋਕਾਂ ਦੇ ਨਾਲ, ਖਡੂਰ ਸਾਹਿਬ ਵਾਸੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਇਸ ਪੰਥਕ ਸੀਟ ਦੇ ਉੱਤੇ ਕਿਸਦਾ ਜ਼ਿਆਦਾ ਦਬਦਬਾ ਹੈ, ਕਿਉਂਕਿ ਇੱਥੋਂ ਦੇ ਸਮੀਕਰਨ ਬਦਲ ਚੁੱਕੇ ਨੇ। ਅਕਾਲੀ ਦਲ ਦਾ ਦਬਦਬਾ ਜ਼ਰੂਰ ਰਿਹਾ ਖਡੂਰ ਸਾਹਿਬ ਸੀਟ ਦੇ ਉੱਤੇ, ਪਰ ਕਾਂਗਰਸ ਦਾ MP ਰਿਹਾ ਪਿਛਲੀ ਵਾਰ ਇੱਥੇ, ਅਤੇ ਇਸ ਵਾਰ ਜਦੋਂ ਤੋਂ ਅੰਮ੍ਰਿਤਪਾਲ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ, ਉਸ ਤੋਂ ਬਾਅਦ ਖਡੂਰ ਸਾਹਿਬ ਸੀਟ ਦੇ ਪੂਰੇ ਸਮੀਕਰਨ ਬਦਲੇ ਹੋਏ ਨੇ। ਆਮ ਲੋਕ ਇਸ ਨੂੰ ਕਿਵੇਂ ਦੇਖਦੇ ਨੇ, ਉਸ ਦੇ ਬਾਰੇ ਹੀ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਦੇ ਨਾਲ। ਇੱਥੇ ਜਿੰਨੇ ਵੀ ਦੁਕਾਨਦਾਰ ਨੇ ਜਾਂ ਹੋਰ ਕਾਰੋਬਾਰੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੰਮ੍ਰਿਤਪਾਲ ਸਿੰਘ ਚੋਣ ਮੈਦਾਨ 'ਚ ਖੜ੍ਹੇ ਨੇ, ਗੁਰਮੇਲ ਸਿੰਘ ਜੀ, ਖਡੂਰ ਸਾਹਿਬ ਪੰਥਕ ਸੀਟ ਹੈ, ਇਸ ਵਾਰ ਕੌਣ ਕੌਣ ਮੈਦਾਨ ਦੇ ਵਿੱਚ ਹੈ, ਸਾਰੀ ਨਜ਼ਰ ਰੱਖ ਰਹੇ ਹੋ ਤੁਸੀਂ? ਹਾਂਜੀ ਹਾਂਜੀ, ਚਾਰੇ ਪਾਰਟੀਆਂ ਆ ਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਹੈ। ਕਿਵੇਂ ਲੱਗ ਰਿਹਾ ਫਿਰ ਤੁਹਾਨੂੰ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਹੈ, ਕੌਣ ਅੱਗੇ ਲੱਗ ਰਿਹਾ? ਅੰਮ੍ਰਿਤਪਾਲ ਹੀ ਜਿੱਤੂਗਾ ਅੱਗੇ। ਕਿਉਂ? ਕਿਉਂਕਿ ਉਹ ਅੰਦਰ ਹੈ, ਉਹਨੂੰ ਬਾਹਰ ਕੱਢਣਾ ਆ, ਹਾਂਜੀ ਉਹ ਸਿੱਖ ਕੌਮ ਦਾ ਬੰਦਾ, ਉਹਨੂੰ ਬਾਹਰ ਲਿਆਉਣਾ ਆ, ਇਹਨਾਂ ਨੇ ਅੰਦਰ ਕੀਤਾ, ਸਰਕਾਰਾਂ ਨੇ ਉਹਨੂੰ ਬਾਹਰ ਕੱਢਣਾ, ਬਸ ਇਹੀ ਆ। ਸਿੱਖ ਕੌਮ ਤੋਂ ਤਾਂ ਵਿਰਸਾ ਸਿੰਘ ਵਲਟੋਹਾ ਵੀ ਨੇ, ਅਕਾਲੀ ਦਲ ਪੰਥਕ ਪਾਰਟੀ ਕਹਿੰਦੀ ਆਪਣੇ ਆਪ ਨੂੰ, ਪਰ ਵਿਰਸਾ ਸਿੰਘ ਵਲਟੋਹਾ ਵਿਰੋਧ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਦਾ, ਵਿਕਰਮ ਅਜੀਠੀਆ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰ ਰਹੇ ਨੇ। ਉਹਨਾਂ ਨੇ ਤਾਂ ਕਰਨਾ ਹੀ ਕਰਨਾ ਆ, ਉਹ ਸਿਆਸੀ ਲੀਡਰ ਆ, ਹੈ ਉਹਨਾਂ ਦੀਆਂ ਪਾਰਟੀਆਂ ਲੱਗ ਆ, ਉਹਨਾਂ 'ਤੇ ਇਹਨੂੰ ਚੰਗਾ ਆਖਣਾ ਹੀ ਨਹੀਂ ਗਾ, ਹਾਂਜੀ ਅਤੇ ਜੇ ਵਿਰਸਾ ਸਿੰਘ ਵਟੋਆ ਉਹਦੇ ਵੱਲ ਹੋ ਜਾਂਦਾ ਤਾਂ ਫਿਰ ਗੱਲ ਕੋਈ ਨਹੀਂ ਸੀ, ਹਾਂਜੀ ਅਤੇ ਹੁਣ ਉਹ ਵੱਖ ਵੱਖ ਆ, ਤਾਂ ਉਹਨਾਂ ਦੇ ਮਾੜਾ ਚੰਗਾ ਕਹਿਣਾ ਹੀ ਕਹਿਣਾ, ਤੁਹਾਨੂੰ ਪਤਾ ਸਿਆਸੀ ਲੀਡਰ ਕਹਿੰਦੇ ਹੁੰਦੇ, ਹਾਂਜੀ। ਤੁਹਾਨੂੰ ਲੱਗ ਰਿਹਾ ਵੀ ਕਿਉਂ ਕਹਿ ਰਹੇ ਨੇ ਅੰਮ੍ਰਿਤਪਾਲ ਸਿੰਘ ਨੂੰ ਅਕਾਲੀ ਦਲ ਵਾਲੇ ਮਾੜਾ? ਉਹਦੇ 'ਚ ਉਹਨਾਂ ਨੇ ਤਾਂ ਫੜਾਇਆ ਸੀ ਇਹਨੂੰ, ਹੈਂ ਤਾਂ ਮਾੜਾ ਤਾਂ ਕਹਿਣਾ ਹੀ ਕਹਿਣਾ ਉਹਨਾਂ ਨੇ। ਅੱਛਾ, ਅਕਾਲੀ ਦਲ ਨੇ ਫੜਾਇਆ? ਅਕਾਲੀ ਦਲ ਨੇ ਤਾਂ ਰੋਜ਼ ਕਹਿ ਕੇ ਉਹਨੂੰ ਅੰਦਰ ਕਰਵਾਇਆ, ਹੈ ਨਹੀਂ ਤਾਂ ਭਗਵੰਤ ਮਾਨ ਅੰਦਰ ਥੋੜ੍ਹਾ ਕਰਦਾ ਸੀ, ਹੈ ਉਹ ਤਾਂ ਕੋਈ ਐਕਸ਼ਨ ਨਹੀਂ ਲੈਂਦਾ, ਇਹਨਾਂ ਵਾਰ ਵਾਰ ਉਹਦੇ ਕਹਿਣ ਦੇ ਉੱਤੇ ਉਹਨਾਂ ਨੇ ਐਕਸ਼ਨ ਲੈਣਾ ਪਿਆ ਅਤੇ ਉਹਨੂੰ ਅੰਦਰ ਕੀਤਾ, ਅਤੇ ਉਹ 'ਤੇ ਆਹ ਧਾਰਾ ਲਾ ਕੇ ਉਹਨੂੰ ਅੰਦਰ ਘਲਾਇਆ, ਹੈਂ ਕਿਤੇ ਕੰਮ ਵੀ ਗਲਤ ਕੀਤਾ, ਜੇ ਉਹਦੇ ਚਲੋ ਉਹਨੇ ਗੁਨਾਹ ਕੀਤਾ ਸੀ ਤਾਂ ਉਹਨੂੰ ਪੰਜਾਬ 'ਚ ਰੱਖਦੇ, ਉਹਨੂੰ ਸਜ਼ਾ ਇੱਥੇ ਦਿੰਦੇ ਜਿਹੜੀ ਕੋਈ ਗਲਤੀ ਸੀ, ਹੈਂ ਉਹਨੂੰ ਬਾਹਰ ਦੂਜੀ ਜੇਲ੍ਹ 'ਚ ਥੋੜ੍ਹਾ ਭੇਜਣਾ ਚਾਹੀਦਾ, ਬਾਹਰਲੀ ਸਟੇਟ ਦੇ ਵਿੱਚ, ਹੈ ਨਾ। ਵਿਕਰਮ ਮਜੀਠੀਆ ਅਤੇ ਵਿਰਸਾ ਵਲਟੋਹਾ ਕਹਿੰਦੇ ਨੇ ਵੀ ਇਹ RSS ਦੇ ਨਾਲ ਲਿੰਕ ਨੇ, ਵੀ ਇਹ ਕੇਂਦਰ ਦੀ ਸਾਜਿਸ਼ ਹੈ ਜੇ ਅੰਮ੍ਰਿਤਪਾਲ ਚੋਣ ਮੈਦਾਨ ਦੇ ਵਿੱਚ ਹੈ। ਆਮ ਲੋਕਾਂ ਨੂੰ ਕੀ ਲੱਗਦਾ?
ਉਹਨਾਂ ਨੇ ਤਾਂ ਕਹਿਣਾ ਹੀ ਕਹਿਣਾ, ਉਹ ਤਾਂ ਆਪ ਆਰ ਐਸ ਐਸ ਦੇ ਬੰਦੇ ਆ, ਹੈ ਮੋਦੀ ਦੇ ਬੰਦੇ ਉਹ ਆ ਵਾ, ਅਤੇ ਆਰ ਐਸ ਐਸ ਮੋਦੀ ਦੀ ਹੈ, ਹੈਂ ਮੋਦੀ ਆਰ ਐਸ ਐਸ ਦਾ ਬੰਦਾ ਹੀ ਹੈ ਨਾ, ਅਤੇ ਉਹ ਆਰ ਐਸ ਐਸ ਦੇ ਬੰਦੇ ਉਹ ਵਾ, ਉਹਨਾਂ ਦੀ ਨਾਲ ਹਮਾਇਤ ਨਹੀਂ ਰਹੀ, ਹੈਂ ਇਕੱਠੇ ਰਿਹਾ ਨਾ ਇਹਨਾਂ ਦਾ ਆਪਸ ਵਿੱਚ, ਅਤੇ ਉਹ ਆਰ ਐਸ ਐਸ ਦੇ ਬੰਦੇ ਨਹੀਂ ਹੋਏ, ਹੈਂ ਅਤੇ ਉਹ ਗਲਤ ਬੰਦੇ ਦੂਜੇ ਨੂੰ ਕਹਿੰਦੇ ਆ ਨਾ ਆਪ ਆਰ ਐਸ ਐਸ ਦੇ ਬੰਦੇ ਆ ਉਹ। ਹਾਂ ਉਹ ਦੱਸੋ ਵੀ ਅੰਮ੍ਰਿਤਪਾਲ ਸਿੰਘ, ਮੰਨ ਲਓ ਤੁਸੀਂ ਕਿਹਾ ਵੀ ਅੰਮ੍ਰਿਤਪਾਲ ਸਿੰਘ ਅੱਗੇ ਲੱਗ ਰਹੇ ਨੇ, ਇੱਥੋਂ ਦੇ ਮੁੱਦੇ ਕੀ ਨੇ ਖਡੂਰ ਸਾਹਿਬ ਦੇ, ਕਿਹੜੇ ਮੁੱਦਿਆਂ ਦੇ ਉੱਤੇ ਆਮ ਲੋਕ ਸੋਚਦੇ ਨੇ ਵੀ ਇਹ ਮੁੱਦੇ ਤਾਂ ਸਾਡੇ ਹੱਲ ਹੀ ਨਹੀਂ ਹੋ ਰਹੇ, ਇੰਨੇ ਸਾਲਾਂ ਤੋਂ ਸਿਆਸਤ ਹੁੰਦੀ ਜਾ ਰਹੀ ਹੈ, ਲੀਡਰ ਆ ਜਾਂਦਾ ਲੀਡਰ ਚਲੇ ਜਾਂਦਾ ਹੈ, ਪਰ ਮੁੱਦਾ ਹੱਲ ਨਹੀਂ ਹੁੰਦਾ? ਨਹੀਂ ਠੀਕ ਹੀ ਆ, ਹੁਣ ਤਾਂ ਕੰਮ ਹੈ ਸਵੈ ਅਤੇ ਸਰਕਾਰ ਨੇ ਇਹਨੇ ਸਹੀ ਕੀਤਾ ਇਹ ਕੰਮ, ਕੋਈ ਗਲਤ ਨਹੀਂ ਕੀਤਾ। ਕਿਹੜੀ ਸਰਕਾਰ? ਆਹ ਜਿਹੜੀ ਆ ਆਮ ਪਾਰਟੀ ਆਈ ਆ, ਇਹਨਾਂ ਨੇ ਕੰਮ ਚੰਗੇ ਕੀਤੇ ਆ। ਕਿਹੜੇ ਕੰਮ ਚੰਗੇ ਕੀਤੇ? ਕੰਮ ਸਾਰੇ ਹੀ ਆ, ਵੇਖੋ ਲੋਕਾਂ ਦੇ ਬਿੱਲ ਮਾਫ਼ ਕੀਤੇ ਆ, ਹਾਂਜੀ, ਅਤੇ ਪੈਨਸ਼ਨ ਟਾਈਮ ਨਾਲ ਮਿਲ ਰਹੀ ਆ ਸਾਰਿਆਂ ਲੋਕਾਂ ਨੂੰ, ਆਹ ਜਿਹੜੀ ਕਣਕ ਵਗੈਰਾ ਲੋਕਾਂ ਨੂੰ ਜਿਹੜਾ ਗਰੀਬਾਂ ਨੂੰ ਮਿਲਦੀ ਆ, ਇਹ ਚੀਜ਼ ਕੀ ਕੰਮ ਆ? ਫਿਰ ਨੌਕਰੀਆਂ ਵੀ ਦੇਣ ਡੇ ਆ, ਹੈਂ ਸਰਕਾਰੀ ਨੌਕਰੀਆਂ ਵੀ ਦਿੱਤੀਆਂ। ਭਾਈ ਸਾਹਿਬ ਕਹਿੰਦੇ ਸੀ ਵੀ ਨੌਕਰੀਆਂ ਦਿੰਦੇ ਨਹੀਂ ਗੇ, ਦੇ ਨਹੀਂ ਰਹੇ, ਸਾਡੇ ਕਿਸੇ ਬੱਚੇ ਨੂੰ, ਗਰੀਬ ਬੱਚੇ ਨੂੰ ਕਿਸੇ ਨੂੰ ਨਹੀਂ ਮਿਲੀ, ਸਾਨੂੰ ਕਿਸੇ ਨੂੰ ਨਹੀਂ ਮਿਲੀ, ਕਹੋ ਭਾਈ ਅਸੀਂ ਮੂੰਹ ਤੇ ਕਹਿੰਦੇ ਹਾਂ। ਅੰਕਲ ਕਹਿੰਦੇ ਵੀ ਨੌਕਰੀਆਂ ਦੇ ਰਹੇ, ਇਹ ਤਗੜੇ ਬੰਦੇ ਵੱਢੀ ਦੇ ਕੇ ਮਿਲ ਜਾਂਦੀ ਆ, ਮਾੜੇ ਬੰਦੇ ਕੋਲ ਪੈਸੇ ਹੈ ਨਹੀਂ ਗੇ। ਗੱਲ ਭਾਜੀ ਵੀ ਤਾਂ ਮੈਂ ਵੀ ਮੂੰਹ ਤੇ ਕਰ ਦਿੰਦਾ ਵੀ ਸਾਡੇ ਕੋਲ ਪੈਸੇ ਨਹੀਂ, ਵੱਢੀ ਦੇ ਕੇ 40-50 ਲੱਖ ਰੁਪਏ ਦੇ ਵੱਢੀ ਦੇ ਕੇ, ਨਿਆਣਾ ਫੌਜ ਕਰਦੇ ਅਸੀਂ ਕਿੱਥੋਂ ਦੇਵਾਂਗੇ ਪਿੱਛੋਂ। ਮੁੱਖ ਮੰਤਰੀ ਦਾ ਕਹਿੰਦੇ ਵੀ ਅੱਜ ਕੱਲ ਕੋਈ ਪੈਸਾ ਪੂਸਾ ਨਹੀਂ ਚੱਲਦਾ, ਮੇਰੀ ਵੀਡੀਓ ਚੰਗੀ ਤਰ੍ਹਾਂ ਬਣਾਵੇ, ਮੈਨੂੰ ਪੁੱਛੋ ਵੀ ਸਰਕਾਰੀ ਬੰਦੇ ਮੇਰਾ ਡੰਗਰ ਵਾਲਾ ਹਸਪਤਾਲ ਦੇ ਲੱਗ ਗਿਆ, ਜੋ ਮਰਜ਼ੀ ਹੋਵੇ ਸਾਡਾ ਕੋਈ ਬੱਚਾ ਲੱਗਾ ਸਰਕਾਰੀ, ਕੋਈ ਲੱਗਾ ਤਾਂ ਦੱਸੋ, ਜੇ ਕੰਮ ਫਰੀ ਹੋਣਦੇ ਤਾਂ। ਉਹ ਤਾਂ ਫਿਰ ਇਹ ਹੋਊਗਾ ਨਾ ਵੀ ਯੋਗਤਾ ਦੇ ਹਿਸਾਬ ਨਾਲ, ਜੇ ਯੋਗਤਾ ਹੋਊਗੀ ਫਿਰ ਸਰਕਾਰੀ ਨੌਕਰੀ ਵੀ, ਮਤਲਬ ਇੱਕ ਟੈਸਟ ਪਾਸ ਕਰਨੇ ਪੈਣੇ ਆ, ਟੈਸਟ ਪਾਸ ਕਰਨੇ ਪੈਣੇ ਆ, ਪੜ੍ਹਾਈ ਕਰਨੀ ਪੈਣੀ ਆ। ਨਹੀਂ ਸਾਡੇ 3-4 ਬੱਚੇ ਜਿਵੇਂ 12-12 ਕੀਤੀਆਂ ਤੇ ਉੱਧਰ ਤੁਰੇ ਫਿਰਨ ਡਏ ਆ, ਪਰ ਅੱਜ ਕੱਲ੍ਹ ਕੰਪੀਟੀਸ਼ਨ ਤਾਂ ਵੇਖੋ ਵੀ ਕਿੰਨਾ ਟਫ ਹੋਇਆ ਹੋਇਆ। ਜਾਓ ਕਿਤੇ ਨੌਕਰੀ ਵੇਖੋ ਜਾ ਕੇ, ਹੈ ਤੇ ਮਿਲੂਗੀ ਨੌਕਰੀ, ਮਿਲੂਗੀ ਕਿਉਂ ਨਾ, ਹੈ ਹੁਣ ਨਹੀਂ ਡੇ ਪੁਲਿਸ ਦੇ ਵਿੱਚ ਹੋਏ ਨਹੀਂ ਭਰਤੀ ਮੰਡੇ, ਜੇ ਅਸੀਂ ਨਹੀਂ ਨੌਕਰੀ ਵੇਖੀ ਤੇ ਹੋਰ ਜਨਤਾ ਨੇ ਤੇ ਵੇਖੀ ਨਾ ਪਿੰਡ ਚੋਂ, ਕਿਸੇ ਨੂੰ ਪਿੰਡ ਚੋਂ ਇੱਕ ਵੀ ਬਾਂਹ ਖੜੀ ਕਰੇ, ਕੌਣ ਕਿਹੜਾ ਪਟਵਾਰੀ, ਕੋਈ ਇੱਕ ਅੱਧਾ ਲੱਗ ਗਿਆ, ਕੌਣ ਲੱਗੇ ਪਟਵਾਰੀ? ਸਾਹਮਣੇ ਦੁਕਾਨ ਵਾਲੇ ਆ ਨਾ, ਉਹਨਾਂ ਦਾ ਲੜਕਾ ਪਟਵਾਰੀ ਭਰਤੀ ਹੋਇਆ, ਇਸ ਵਾਰ ਹੋਇਆ, ਹਾਂ ਹੁਣ ਹੋਇਆ ਵਾ, ਹਾਂ ਉਹ ਯੋਗਤਾ ਉਹਦੀ, ਹੈ ਉਹਨੇ ਪਟਵਾਰੀ ਹੋ ਗਿਆ, ਇਹ ਨੌਕਰੀਆਂ ਮਿਲਦੀਆਂ ਨਾ। ਬਈ ਤੁਸੀਂ ਕੀ ਕਹਿ ਰਹੇ ਹੋ, ਕਿਹਨੂੰ ਪਟਵਾਰੀ ਸਾਹਿਬ ਨੂੰ ਵੇਖ ਕੇ ਆਏ ਹੋ? ਨਹੀਂ ਅਸੀਂ ਬੈਂਕ ਚੁਣੇ ਆ, ਪੈਨਸ਼ਨ ਲਿਆ ਆ ਨਾ ਆਪਣੀ, ਬੈਂਕ 'ਚ ਅਸੀਂ ਵੇਖ ਕੇ ਆ ਵੀ 12-14 ਵੀ ਕੋਈ ਕੁੜੀਆਂ ਪੜ੍ਹੀਆਂ ਬਣ ਗਈਆਂ, ਉਹਨਾਂ ਸਾਰਾ ਉਹ ਭਰਨ ਦੇ ਵਿੱਚ ਚੈੱਕ ਬੁੱਕ, ਅਸੀਂ ਜਿੱਦਾਂ ਹੁਣ ਪੜ੍ਹੇ ਤਾਂ ਆਏ ਆ ਪਰ ਕਈ ਨਹੀਂ ਪੜ੍ਹ ਜਾਂਦੇ, ਉੱਥੇ ਅੰਗੂਠਾ ਲਾਉਂਦੇ ਜਾਂ ਕੋਈ ਸਾਈਨ ਕਰਦੇ ਆ, ਅਤੇ ਉਹ ਬੈਂਕਾਂ ਦੇ ਵਿੱਚ ਕੁੜੀਆਂ 12-12 ਪੜ੍ਹੀਆਂ ਜਿਹੜੀਆਂ ਇੱਧਰ ਪੰਜਾਬ ਦੀਆਂ ਕੋਈ ਦਿੱਤੇ ਉਹ, ਮੈਂ ਹੁਣ ਵੇਖ, ਤੁਸੀਂ ਇਹ ਕਹਿਣਾ ਚਾਹ ਰਹੇ ਵੀ ਨੌਕਰੀ ਮਿਲਦੀ ਆ, ਜੇ ਯੋਗਤਾ ਹੋਊਗੀ ਫਿਰ ਨੌਕਰੀ ਮਿਲਦੀ? ਯੋਗਤਾ ਹੋਊਗੀ ਫਿਰ ਮੁੜ ਕੇ ਨਕਲੀ, ਇਹਨਾਂ ਨੂੰ ਥਾਣੇਦਾਰ ਕਿੱਦਾਂ ਲਾ ਦੇਣ ਹੁਣ? ਭਗਵੰਤ ਮਾਨ ਨੇ ਕਿਹਾ ਇੱਕ ਬੰਦੇ ਨੂੰ ਨੌਕਰੀ ਦੇ, ਭਗਵੰਤ ਮਾਨ ਨੇ ਨਸ਼ਾ ਵਿੱਚ ਹੀ ਵਕਾਈ ਜਾਂਦਾ ਦੇਖ ਦੇ ਪਹਿਲਾਂ, ਜੇ ਨਹੀਂ ਨਸ਼ਾ ਬੰਦ ਹੈ ਜੀ, ਕੌਣ ਆਉਂਦਾ ਲਿਆਓ ਆਓ ਚਲੀ ਤੁਸੀਂ ਇੰਝ ਕਰੋ, ਇੱਥੇ ਕਮਰਾ ਕਰਦਾ ਤਾਂ ਮੈਂ ਹੁਣ ਦਫ਼ਤਰ ਚਲੀਏ, ਜਿੱਥੇ ਨਸ਼ਾ ਬੰਦ ਨਹੀਂ, ਨਸ਼ਾ ਨਹੀਂ ਨਸ਼ਾ ਤੇ ਅੱਗੇ ਨੂੰ ਵੀ ਜ਼ਿਆਦਾ ਹੋ ਗਿਆ, ਇਹ ਤੇ ਗੱਲ ਕਹਾਂਗੇ ਵੀ ਨਸ਼ਾ ਅੱਗੇ ਨੂੰ ਵੀ ਜ਼ਿਆਦਾ ਹੋ ਗਿਆ, ਹਾਂ ਨਸ਼ਾ ਅੱਗੇ ਨੂੰ ਵੀ ਜ਼ਿਆਦਾ ਹੋ ਗਿਆ। ਆਪਣੇ ਅੱਖੀ ਦੇਖ ਰਹੇ ਹੋ ਤੁਸੀਂ ਸਭ ਕੁਛ, ਇੱਥੇ ਦੇ ਰਹਿਣ ਵਾਲੇ ਹਾਂ, ਇੱਥੇ ਨਸ਼ਾ ਬਹੁਤ ਜ਼ਿਆਦਾ ਵਾ, ਸਾਰੇ ਥਾਂ ਬਹੁਤ ਜ਼ਿਆਦਾ ਵਾ, ਨਸ਼ਾ ਤੇ ਬਹੁਤ ਜ਼ਿਆਦਾ ਵਾ, ਨਸ਼ਾ ਨਹੀਂ ਰੋਕਿਆ ਇਹਨੂੰ, ਇਹ ਕਿਵੇਂ ਬੰਦ ਹੋ ਸਕਦਾ ਫਿਰ, ਨਸ਼ਾ ਖਤਮ ਕਿਵੇਂ ਹੋ ਸਕਦਾ? ਬੜੇ ਬੜੇ ਕੈਪਟਨ ਵਰਗੇ ਜਿਹੜੇ ਉਹ ਭੱਜ ਕੇ ਨਾਲ ਇਹਨਾਂ ਦੇ ਭਾਜਪਾ ਵਾਲਿਆਂ ਦੇ ਨਾਲ ਰਲੇ ਆ, ਬਹੁਤ ਮੰਦੀ ਹਾਲ ਹੋ ਗਈ ਪੰਜਾਬ ਦੀ, ਇਹੋ ਆ ਜਿਹੜਾ ਸਿੱਖ ਇਤਿਹਾਸ ਦੀ ਜਾਂ ਸਾਰੀ ਅੰਮ੍ਰਿਤਪਾਲ ਸਿੰਘ ਰੱਖੂਗਾ,
ਮੈਂ ਤੇ ਆਹਨਾ ਵੀ ਸਿੱਖ ਹੋਣ ਦੇ ਨਾਤੇ ਵੀ ਇਹ ਨਹੀਂ ਵੀ ਹਿੰਦੂਆਂ ਦੇ ਨਾਲ ਹੋਰ ਤਰ੍ਹਾਂ ਕਰੂਗਾ, ਮੁਸਲਮਾਨਾਂ ਦੇ ਨਾਲ ਹੋਰ ਤਰ੍ਹਾਂ ਕਰੂਗਾ, ਨਾਲ ਨੇ ਸਾਰੇ ਇਹਨਾਂ ਨੇ ਐਨ ਐਸ ਏ ਉੱਤੇ ਲਾ ਕੇ ਕਿੱਡਾ ਗਲਤ ਕਾਨੂੰਨ ਲਾਇਆ ਵਾ, ਉਦੋਂ ਐਮਰਜੈਂਸੀ ਲਾਈ ਹੋ ਦੂਜੇ ਕਾਂਗਰਸੀਆਂ ਨੇ, ਅਤੇ ਅੱਜ ਐਨ ਐਸ ਏ ਮਤਲਬ ਕੀ ਕਾਨੂੰਨ ਆ ਉੱਤੇ, ਕੀ ਕੇਸ ਆ ਉੱਤੇ ਭਲਾ ਯਾਰਾ, ਮਤਲਬ ਮਾਰਕੀਟ ਵੀ ਅਜਨਾਲਾ 'ਚ ਹਿੰਸਾ ਕੀਤੀ ਸੀਗੀ ਵੀ ਇੱਥੇ ਗੁਰਦੁਆਰਿਆਂ 'ਚ ਬੈਂਚ ਤੋੜੇ ਜਾ ਰਹੇ ਸੀਗੇ, ਇੱਕ ਤਰੀਕੇ ਦੇ ਨਾਲ ਹਿੰਸਕ ਹੋ ਰਿਹਾ ਸੀ ਅੰਮ੍ਰਿਤਪਾਲ ਸਿੰਘ ਆਪਣਾ ਜੀ, ਹੁਣ ਫੌਜ ਜਿੱਦਾਂ ਇੱਥੇ ਲਾ ਦਿੰਦੇ ਗੁਰਦੁਆਰਿਆਂ ਦੇ ਵਿੱਚ, ਹੋਰ ਤਾਂ ਰਾਮ ਮੰਦਿਰ ਦੇ ਵਿੱਚ ਉੱਥੇ ਲਾਉਣ ਫੌਜਾਂ ਲਾ ਲੈਣ, ਜੋ ਮਰਜ਼ੀ ਸਕਿਉਰਟੀ ਲਾ ਲੈਣਾ, ਇੱਥੇ ਗੁਰਦੁਆਰਿਆਂ ਦੇ ਵਿੱਚ ਅਸੀਂ ਖਾਲਸੇ ਹੈਗੇ ਹਾਂ ਰਾਖੀ ਕਰਨ ਵਾਲੇ, ਸਭ ਸਾਨੂੰ ਪਤਾ ਵਾ, ਇਹ ਕਿਉਂ ਗਲਤ ਕਰਦੇ ਆ ਐਨ ਐਸ ਏ ਲਾ ਕੇ ਜਾਂ ਸਿੱਖਾਂ 'ਤੇ ਐਸਾ ਕੰਮ ਕਰਦੇ ਆ, ਕਨੇਡਾ 'ਚ ਵੇਖੋ ਇਹਨਾਂ ਦੀ ਕਿੱਡੀ ਉਹ ਗੱਲ ਹੋ ਰਹੀ ਆ, ਕਨੇਡਾ ਮੁਲਕ ਪੰਜ ਚਾਰ ਉੱਧਰ ਮੇਰੇ ਰਹਿੰਦੇ ਆ ਸਾਰੇ ਰਹਿੰਦੇ ਆ, ਉਹ ਵੇਖੋ ਕਿੱਡੀ ਗੱਲ ਇਹ ਗਲਤ ਕਰ ਰਹੇ ਆ, ਉਹ ਇਹਨਾਂ ਦੇ ਇਲਜ਼ਾਮ ਲਾਇਆ ਵੀ ਤੁਸੀਂ ਨਿੱਜਰ ਹੋ ਜਿਹੜਾ ਉਹਦਾ ਤੁਸੀਂ ਮਰਵਾਇਆ, ਸਾਰੀਆਂ ਖਬਰਾਂ ਸੁਣਦੇ ਹੋ ਤੁਸੀਂ, ਸਾਰੀਆਂ ਮੈਂ ਵਰਲਡ ਦੀਆਂ ਸੁਣਦਾ ਜੀ, ਕੀ ਹੋਇਆ ਸੀ ਬਾਬਾ ਜੀ ਬੱਚਿਆਂ ਨੂੰ, ਜਾਂ ਇਹ ਨਸ਼ੇ ਦੀ ਗੱਲ ਜੀ, ਚਿੱਟੇ ਬੰਗਲੇ ਨੀਲੇ ਮੋਰ, ਚਿੱਟੇ ਬੰਗਲੇ ਨੀਲੇ ਮੋਰ, ਉਹ ਵੀ ਚੋਰ ਅਤੇ ਉਹ ਵੀ ਹੀ ਚੋਰ ਲੱਭਾ ਇੱਕ ਹੋਰ, ਅਤੇ ਉਹ ਵੇਖੋ ਕੀ ਕਰ ਬੈਠਾ ਵਾ, ਮੇਰੇ ਦੋਵੇਂ ਮੁੰਡੇ ਮਰੇ ਆ, ਮੇਰੇ ਕੋਲ ਪੋਤਰੀਆਂ ਜਿਹੜੀਆਂ 16 ਸਾਲ ਦੀਆਂ ਪੜ੍ਹਦੀਆਂ ਵਾ 11ਵੀਂ 'ਚ, ਅਸੀਂ 1:30 ਵਜੇ ਉਹਨੇ ਆਉਣਾ, ਉਹਨੇ ਮੈਂ ਨਾਲ ਲਿਖ ਕੇ ਜਾਣਾ, ਮੇਰਾ ਪੁੱਤ ਨਾ ਪੋਤਾ ਕੋਈ ਰਿਹਾ ਨਹੀਂ ਗਾ, ਸਾਰੀ ਫੱਟੀ ਪੋਚੀ ਪਈ ਮੇਰੀ, ਪੈਲੀਆਂ ਮੇਰੇ ਕੋਲ 7 ਪੈਲੀਆਂ ਸੀ, ਉਹ ਹੁਣ ਮੈਂ ਠੇਕੇ ਠਾਕੇ 'ਤੇ ਦੇ ਕੇ ਅਤੇ ਉਹਨਾਂ ਨੂੰ ਬੱਚੀਆਂ ਨੂੰ ਪੜ੍ਹਾਉਣ ਡਿਆ ਵੀ ਬੱਚੀਆਂ ਮੇਰੀਆਂ ਪੋਤਰੀਆਂ ਪੜ੍ਹ ਜਾਣ, ਉਹ 11ਵੀਂ 'ਚ ਅਜੇ ਹਾਲੇ 90% ਤੋਂ ਉੱਪਰ ਨੰਬਰ ਆਉਂਦੇ, ਉਹਨਾਂ 10ਵੀਂ 'ਚ 90% ਤੋਂ ਉੱਪਰ ਆ, 95% ਆ ਨੰਬਰ। ਅੰਮ੍ਰਿਤਪਾਲ ਸਿੰਘ ਸੀ ਜਦੋਂ ਇੱਥੇ, ਉਦੋਂ ਨਸ਼ਾ ਬੰਦ ਹੋ ਰਿਹਾ ਸੀ, ਖਤਮ ਹੋ ਰਿਹਾ ਸੀ, ਉਦੋਂ ਡੱਕ ਰਿਹਾ ਇਹਨਾਂ ਨਾਲ ਜਿਹੜੇ ਉਹਨਾਂ ਨੂੰ ਉਹ ਸਮਝਾ ਕੇ, ਆ ਜੇ ਵੇਖੋ ਪੰਜਾਬੀ ਦੀ ਗੱਲ ਹੀ ਨਹੀਂ ਦੱਸਦੇ ਕੋਈ ਯਾਰ। ਸਤਿ ਸ਼੍ਰੀ ਅਕਾਲ ਬਾਬਾ ਜੀ, ਸਤਿ ਸ਼੍ਰੀ ਅਕਾਲ ਬੇਟਾ, ਵੋਟਾਂ ਆ ਰਹੀਆਂ ਨੇ, ਤੁਹਾਨੂੰ ਕੀ ਲੱਗ ਰਿਹਾ ਇਸ ਵਾਰ ਖਡੂਰ ਸਾਹਿਬ ਦੇ ਵਿੱਚ ਕਿਹਦੀ ਜ਼ਿਆਦਾ ਦਬਦਬਾ ਹੈ, ਕੌਣ ਅੱਗੇ ਚੱਲ ਰਿਹਾ? ਇਹ ਕੁਛ ਨਹੀਂ ਕਹਿ ਸਕਦੇ ਆਪਾਂ, ਵੋਟ ਪਾਉਣ ਜਾਓਗੇ? ਪਾ ਦਾਂਗੇ ਜਿੱਥੇ ਆਖੋਗੇ। ਉਹ ਕੀ ਸੋਚ ਕੇ ਵੋਟ ਪਾਉਂਗੇ, ਕਿਹਨੂੰ ਵੋਟ ਪਾਉਂਗੇ? ਕੁਛ ਨਹੀਂ ਕਹਿ ਸਕਦੇ, ਕਿ ਇਹ ਨਹੀਂ ਪਤਾ ਕਿੱਥੇ ਪੈਣੀ ਹੈ, ਝੂਠਾ ਲਾਰਾ ਨਹੀਂ, ਝੂਠਾ ਲਾਰਾ ਨਹੀਂ ਲਾਉਣਾ। ਸਰਕਾਰਾਂ ਕੰਮ ਕਰ ਰਹੀਆਂ ਨੇ, ਕੇਂਦਰ ਸਰਕਾਰ ਸਟੇਟ ਦੀ ਸਰਕਾਰ ਕੰਮ ਕਰ ਰਹੀਆਂ ਨੇ ਇੱਥੇ, ਸਰਕਾਰ ਇੱਦਾਂ ਹੀ ਕਿਤੇ ਕਣਕ ਮਿਲੀ ਨੂੰ ਵਾਹਵਾ ਚਿਰ ਹੋ ਗਿਆ, ਪਰ ਸਰਕਾਰ ਤਾਂ ਕਹਿੰਦੀ ਹੈ ਵੀ ਅਸੀਂ ਘਰ ਘਰ ਰਾਸ਼ਨ ਪਹੁੰਚਾ ਰਹੇ ਹਾਂ। ਕੋਈ ਨਹੀਂ, ਜਿੱਥੇ ਪਹੁੰਚ ਗਏ ਪਹੁੰਚਿਆ, ਸਾਡੇ ਨਹੀਂ ਪਹੁੰਚਿਆ। ਬਿਜਲੀ ਫ੍ਰੀ ਹੈ, ਬਿਜਲੀ ਸਰਕਾਰ ਦੇ ਰਹੀ ਹੈ, ਬਿਜਲੀ ਫ੍ਰੀ? ਉਹਨਾਂ ਉਹ 400 ਯੂਨਿਟ ਮਾਫ ਆ ਗਏ, ਉਹ ਮਾਫ ਹੈ ਨਾ, ਬਿਜਲੀ ਤਾਂ ਮੁਫਤ ਆ ਰਹੀ ਹੈ, ਉਹ ਚੰਗਾ ਕੰਮ ਕੀਤਾ ਸਰਕਾਰ ਨੇ, ਬਹੁਤ ਚੰਗਾ ਹੀ ਆ ਜੀ। ਨੌਜਵਾਨਾਂ ਦੇ ਮੁੱਦੇ ਕੀ ਨੇ? ਨੌਜਵਾਨਾਂ ਦੇ ਮੁੱਦੇ ਸਾਰਿਆਂ ਦੇ ਅੰਮ੍ਰਿਤਪਾਲ ਦੇ ਹੀ ਆ, ਅੰਮ੍ਰਿਤਪਾਲ ਦੇ ਪਿੱਛੇ ਹੀ ਆ, ਭਾਵੇਂ ਪਾਰਟੀਆਂ ਵਾਲੇ ਲੀਡਰ ਵੀ ਆ, ਉਹ ਵੀ ਉਹਦੇ ਪਿੱਛੇ ਹੀ ਆ। ਉਦਾਂ ਉਹ ਕਹਿੰਦੇ ਵੀ ਕਿਸੇ ਮਾਂ ਦਾ ਪੁੱਤ ਵੀ ਜੇਲ੍ਹ ਦੇ ਵਿੱਚ ਬੈਠਾ ਵਾ ਤਾਂ ਇੱਕ ਵਾਰ ਵੋਟ ਉਹਨੂੰ ਦੇ ਸਕਦੇ ਆ, ਇੰਟਰਵਿਊ ਸ਼ਾਇਦ ਸੁਣੀ ਹੋਵੇ ਤੁਸੀਂ। ਅੰਮ੍ਰਿਤਪਾਲ ਦਾ ਵਿਰੋਧ ਇੰਨਾ ਕਿਉਂ ਹੋ ਰਿਹਾ ਆ? ਅਕਾਲੀ ਲੀਡਰ ਜਿਹੜੇ ਨੇ ਉਹ ਵੀ ਅੰਮ੍ਰਿਤਪਾਲ ਦਾ ਵਿਰੋਧ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਵੀ ਖਡੂਰ ਸਾਹਿਬ ਦੇ ਵਿੱਚ ਹੋਰ ਕਿਸੇ ਦਾ ਵਿਰੋਧ ਹੋ ਨਹੀਂ ਰਿਹਾ, ਸਿਰਫ ਅੰਮ੍ਰਿਤਪਾਲ ਦਾ ਵਿਰੋਧ ਕੀਤਾ ਜਾ ਰਿਹਾ? ਨਹੀਂ, ਇਹ ਨਹੀਂ ਵੇਖਿਆ, ਖਡੂਰ ਸਾਹਿਬ ਦੇ ਵਿੱਚ ਜ਼ਿਆਦਾ ਉਹਦੇ ਪਿੱਛੇ ਹੀ ਆ, ਕੋਈ ਕਰਦੇ ਹੋਣਗੇ ਵਿਰੋਧ, ਕਈ ਹੁੰਦੇ ਹੀ ਆ, ਵਿਰੋਧੀ ਵੀ ਹੁੰਦੇ ਆ, ਬੰਦੇ ਸੱਚੇ ਦੇ ਹੀ ਵਿਰੋਧੀ ਹੁੰਦੇ ਆ। ਅੰਮ੍ਰਿਤਪਾਲ ਸਿੰਘ ਦੇ ਨਾਲ ਇੰਨੀ ਜਿਹੜੇ ਤੁਸੀਂ ਸਾਰੇ ਜੁੜੇ ਹੋਏ ਹੋ, ਉਹ ਕਿਉਂ ਜੁੜੇ ਹੋਏ ਹੋ ਫਿਰ? ਅਸੀਂ ਇਸ ਕਰਕੇ ਵੀ ਉਹ ਪੰਥ ਦਾ ਸੋਚਦਾ ਵਾ, ਕਈ ਬੰਦੇ ਮਾੜੇ ਬੰਦੇ ਉਹਨੇ ਸਿੱਧੇ ਪਾਸੇ ਲਾਏ ਆ, ਅਤੇ ਹੁਣ ਵੀ ਉਹ ਜੇਲ੍ਹ ਦੇ ਵਿੱਚ ਬੈਠਾ,
ਜੇਲ੍ਹ ਕਿਸੇ ਤੋਂ ਕੱਟੀ ਨਹੀਂ ਜਾਂਦੀ ਅਤੇ ਉਹ ਵੀ ਕਿਸੇ ਤਗੜੀ ਜੇਲ੍ਹ 'ਚ ਉਹਨਾਂ ਨੇ ਬਿਠਾਇਆ ਉੱਥੇ ਸ਼ਾਮ। ਹਾਂਜੀ ਜਾਂਦੇ ਰਹੇ ਉਹਨਾਂ ਦੇ ਨਾਲ ਪਹਿਲਾਂ? ਨਹੀਂ ਜਾਂਦਾ ਤਾਂ ਨਹੀਂ ਰਿਹਾ, ਇੱਥੇ ਖਡੂਰ ਸਾਹਿਬ ਜਿੱਦਾਂ ਆਉਂਦੇ ਰਹੇ ਆ ਅਤੇ ਵਹਿੰਦੇ ਰਹੇ। ਹਾਂਜੀ ਬੀਬੀਆਂ ਕੀ ਸੋਚਦੀਆਂ ਨੇ, ਬੀਬੀਆਂ ਦੇ ਕੀ ਮੁੱਦੇ ਨੇ? ਕੌਲੀ, ਮੈਨੂੰ ਲੱਗਦਾ ਮੁੱਦਾ ਕੌਲੀ ਹੈ ਇਹਨਾਂ ਦਾ, ਮੈਂ ਨਾ ਮੇਨ ਮੇਨ ਮੁੱਦਾ ਹੀ ਕੌਲੀ ਦਾ, ਭਾਂਡਿਆਂ ਦਾ, ਭਾਂਡਿਆਂ ਦਾ। ਹਾਂਜੀ ਹਾਂਜੀ। ਅੱਛਾ ਹੁਣ ਮੈਨੂੰ ਦੱਸੋ ਵੀ ਜਦੋਂ ਵੋਟ ਪਾਉਣ ਜਾਣਾ ਉਦੋਂ ਕੀ ਸੋਚ ਕੇ ਵੋਟ ਪਾਉਣ ਜਾਣਾ? ਕੀ ਸੋਚ ਕੇ ਤੁਸੀਂ ਦੱਸੋ? ਵੰਡ ਜਾ ਵੋਟਾਂ ਜੀ ਪਾਉਣੀਆਂ ਆ ਤੇ ਹੋਰ ਕੇ ਤੁਹਾਨੂੰ ਹੀ ਪਾਵਾਂਗੇ। ਸਲਾਹ ਕਰੋਗੇ ਕਰਦਿਆਂ ਨਾਲ? ਸਲਾਹ, ਹਾਂ ਸਲਾਹ ਕਰਕੇ ਵੋਟਾਂ ਪਾਵਾਂਗੇ। ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਹੁੰਦੇ ਹੋ ਕਿ ਕਰਦਿਆਂ ਤੋਂ ਪੁੱਛ ਕੇ ਵੀ ਕਿਹਨੂੰ ਵੋਟ ਪਾਵਾਂ ਜੀ? ਨਹੀਂ ਘਰ ਦੇ ਸਲਾਹ ਨਾਲ ਸਾਰੇ ਇਕੱਠੇ ਰਹਿਣਾ ਵੋਟ ਪਾਉਣੀ। ਅੱਛਾ ਤੁਸੀਂ ਦੱਸਦੇ ਹੁੰਦੇ ਵੀ ਕਿਹਨੂੰ ਵੋਟ ਪਾਉਣੀ? ਜਿਸੇ ਆਪਣਾ ਹੋਵੇ ਫਿਰ ਦੱਸ ਦਿੰਦੇ, ਰਹਿਣਾ ਫਿਰ ਵੋਟ ਪਾ ਦਿੰਦੇ। ਹੁਣ ਕੀ ਚਰਚਾ ਚੱਲਦੀ ਹੈ ਘਰੇ ਵੀ, ਕੌਣ ਚੰਗਾ ਹੈ, ਕਿਹਨੂੰ ਪਾਉਣੀ ਚਾਹੀਦੀ ਹੈ? ਅਜੇ ਘਰ 'ਚ ਇਹਦੀ ਚਰਚਾ ਕੀਤੀ ਨਹੀਂ, ਅਜੇ ਧਿਆਨ ਕੀਤਾ ਨਹੀਂ ਅਜੇ। ਕਦੋਂ ਕਰਨੀ ਆ ਫਿਰ? ਲਾਗੇ ਜੇ ਕਰਾਂਗੇ। ਅੱਛਾ, ਦੋ ਦਿਨ ਪਹਿਲਾਂ? ਹਾਂਜੀ ਹਾਂਜੀ। ਬੱਚਿਆਂ ਨਾਲ ਵੀ ਗੱਲ ਕਰਦੇ ਹੁੰਦੇ ਹੋ ਫਿਰ? ਹਾਂਜੀ, ਬੱਚੇ ਨਾਲ ਵੀ ਘੱਟ ਹੀ ਹੈ, ਬੱਚੇ ਤਾਂ ਚਲੋ ਦੂਰ ਹੀ ਰਹਿੰਦੇ ਆ ਤਾਂ ਅਸੀਂ ਆਪਸ 5-6 ਜੀ ਘਰ ਕਰਦੇ ਹੁੰਦੇ ਹਾਂ। ਅੱਛਾ, ਹੁਣ ਮੈਨੂੰ ਤੁਸੀਂ ਦੱਸੋ ਵੀ ਇਹ ਤੁਸੀਂ ਰੇਹੜੀ ਲਾਉਂਦੇ ਹੋ, ਆ ਪਿਆਜ਼ ਸਬਜ਼ੀਆਂ ਦਿਨੋ ਦਿਨ ਮਹਿੰਗੀਆਂ ਹੋ ਰਹੀਆਂ, ਸਸਤੀਆਂ ਹੋ ਰਹੀਆਂ, ਕੀ ਹੋ ਰਿਹਾ? ਇਹ ਮਹਿੰਗੀਆਂ ਹੋ ਰਹੀਆਂ, ਕਦੇ ਸਸਤੀ ਹੋ ਜਾਂਦੀ ਹੈ, ਕਦੇ ਮਹਿੰਗੀ ਵੀ ਹੋ ਜਾਂਦੀ ਹੈ, ਕਦੇ ਸਸਤੀ ਹੋ ਜਾਂਦੀ ਹੈ। ਕਿੰਨੇ ਸਾਲਾਂ ਤੋਂ ਲਾ ਰਹੇ ਹੋ ਰੇਹੜੀ ਤੁਸੀਂ? ਕਾਫੀ ਚਿਰ ਹੋ ਗਿਆ ਨਾ ਜੀ। ਹਾਂਜੀ, ਪਹਿਲੀ ਵਾਰ ਜਦੋਂ ਤੁਸੀਂ ਸਬਜ਼ੀ ਵੇਚੀ ਸੀ ਉਦੋਂ ਪਿਆਜ਼ ਕਿੰਨੇ ਕੁ ਰੁਪਏ ਕਿਲੋ ਸੀ? ਸਾਨੂੰ ਨਹੀਂ ਚੇਤਾ, ਉਦੋਂ ਤਾਂ 10 ਰੁਪਏ ਕਿਲੋ ਵੇਚਦੇ ਸੀ ਅਤੇ 15 ਵੇਚਦੇ, ਹੁਣ ਤਾਂ 30-35 ਪਹੁੰਚੇ ਆ। ਵਧੀਆ ਰੇਟ, ਹਰ ਇੱਕ ਚੀਜ਼ ਦਾ ਵਧੀਆ ਰੇਟ, ਚੀਜ਼ ਦੀ ਮਹਿੰਗਾਈ ਵੱਧ ਗਈ ਆ, ਹੈ ਨਾ? ਠੀਕ ਹੈ, ਅਤੇ ਸੈਂਟਰ ਦੇ ਵਿੱਚ ਭਾਸ਼ਣ ਸੁਣਦੇ ਹੋ ਮੋਦੀ ਦੇ, ਰਾਹੁਲ ਗਾਂਧੀ ਦੇ? ਨਹੀਂ ਜੇ ਝੂਠ ਮਾਰੀ ਅਸੀਂ ਨਹੀਂ ਕਦੇ ਸੁਣਦੇ, ਨਾ ਸਾਨੂੰ ਇਸ ਤਰ੍ਹਾਂ ਵੀ ਟਾਈਮ ਟੂਮ ਹੀ ਹੁੰਦਾ ਆਪਣਾ। ਹਾਂਜੀ, ਇੱਥੇ ਤੁਹਾਨੂੰ ਕੀ ਲੱਗਦਾ ਖਡੂਰ ਸਾਹਿਬ ਦੇ ਵਿੱਚ ਕਿਹੜਾ ਬੰਦਾ ਚੰਗੇ ਕੰਮ ਕਰ ਸਕਦਾ ਆ? ਹੁਣ ਤੁਹਾਨੂੰ ਪਤਾ ਵੀ ਕੌਣ ਕੌਣ ਚੋਣ ਮੈਦਾਨ 'ਚ? ਨਹੀਂ ਆਪਾਂ ਨੇ ਤੈਅ ਝੂਠ ਮਾਰਿਆ, ਆਪਣੇ ਕਿਤੇ ਧਿਆਨ ਦਿੱਤਾ, ਸਾਨੂੰ ਨਹੀਂ ਇੰਨਾ ਪਤਾ। ਮੈਂ ਨਹੀਂ, ਮੈਨੂੰ ਉਹ ਦੱਸ ਦਿਓ ਵੀ ਅੰਮ੍ਰਿਤਪਾਲ ਸਿੰਘ ਚੰਗੇ ਕੰਮ ਕਰ ਰਿਹਾ ਸੀ, ਕੀ ਕਰ ਰਿਹਾ ਸੀ, ਕਿਵੇਂ ਦੇ ਕੰਮ ਕਰ ਰਿਹਾ ਸੀ? ਚੰਗੇ ਜੇ ਛਡਾ ਦੇ ਨਸ਼ੇ ਪਤੇ ਦੇ ਚੰਗੇ ਕੰਮ ਕਰਦਾ ਹੋਊਗਾ, ਠੀਕ ਆ। ਨਸ਼ੇ ਪਤੇ ਛਡਾਵੇ ਤਾਂ ਵਧੀਆ ਕੰਮ ਸਾਰਿਆਂ ਨੂੰ, ਜੇ ਬੱਚੇ ਲੋਕਾਂ ਦੇ ਇਕੱਲਾ ਇਕੱਲਾ ਮੁੰਡਾ ਹੁੰਦਾ, ਟੀਕੇ ਲਾ ਲਾ ਮਰ ਜਾਂਦੇ, ਕਈ ਕੁਛ ਹੋ ਜਾਂਦਾ ਬੱਚਿਆਂ ਦਾ। ਤੁਹਾਡੇ ਆਲੇ ਦੁਆਲੇ ਹੈਗੇ ਬੱਚੇ ਨਸ਼ੇ ਨੁਸ਼ੇ ਕਰਨ ਵਾਲੇ? ਨਹੀਂ, ਲਾਗੇ ਛਾਗੇ ਨਹੀਂ ਕਿਤੇ। ਚਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਗੁਰਮੀਤ ਕੌਰ। ਗੁਰਮੀਤ ਕੌਰ ਜੀ, ਤੁਸੀਂ ਵੀ ਆ ਲਾਉਂਦੇ ਹੋ ਫਲਾਂ ਦੀ ਰੇਹੜੀ ਲਾਉਂਦੇ ਹੋ? ਹਾਂਜੀ। ਮੈਨੂੰ ਹੁਣ ਦੱਸੋ ਵੀ ਕੀ ਚੱਲ ਰਿਹਾ ਇੱਧਰ, ਚੋਣਾਂ ਦਾ ਮਾਹੌਲ ਕਿਵੇਂ ਦਾ ਹੈ ਖਡੂਰ ਸਾਹਿਬ? ਚੋਣਾਂ ਦਾ ਮਾਹੌਲ ਪਤਾ ਇਸ ਤਰ੍ਹਾਂ ਹੀ ਹੈ, ਵੋਟਾਂ ਜਿਹਨੂੰ ਜੀ ਕਦਾ ਪਾਈ ਜਾਂਦੇ, ਜਿੰਨੇ ਮਰਜ਼ੀ ਹੈ ਨਾ, ਤਗੜਾ ਜਿੱਧਰ ਪਾਸ਼ਾ ਹੋ ਜਾਂਦਾ ਹੋ ਜਾਂਦਾ, ਸਾਨੂੰ ਗਰੀਬਾਂ ਨੂੰ ਕਿੱਧਰ ਕਹਿੰਦੇ ਸੀ ਉੱਧਰੇ ਪਾ ਦੇਣੇ, ਮਿਲਦਾ ਕੋਈ ਗਾ ਨਹੀਂ, ਠੀਕ ਹੈ ਨਾ। ਹਾਂ, ਨਹੀਂ ਤੁਹਾਨੂੰ ਕਹਿੰਦਾ ਕੌਣ ਹੈ ਫਿਰ ਵੀ ਵੋਟ ਪਾਉਣੀ ਆ, ਕੌਣ ਦੱਸਦਾ ਹੁੰਦਾ ਵੀ ਵੋਟ ਕਿੱਥੇ ਪਾਉਣੀ ਆ? ਇਹ ਸਾਡੇ ਪਿੰਡ ਦੇ ਹੀ ਪ੍ਰਧਾਨ ਪ੍ਰਧੂਨ ਆ। ਉਹਨਾਂ ਦੀ ਸੁਣਦੇ ਹੋ ਫਿਰ, ਆਪਣੀ ਨਹੀਂ ਸੁਣਦੇ? ਨਹੀਂ, ਇਹ ਆਪਣੀ ਮਰਜ਼ੀ ਕਰਦੇ ਨੇ ਪਤਾ, ਅਸੀਂ ਕਿਹੜਾ ਕਿਸੇ ਦੇ ਕੋਲ ਲੈਂਦੇ ਹਾਂ, ਜਿੱਥੇ ਸਾਡਾ ਜੀ ਕਹਿੰਦਾ ਉੱਥੇ ਪਾਉਂਦੇ ਹਾਂ। ਵੋਟ ਫਿਰ ਕੀ ਸੋਚ ਕੇ ਪਾਉਂਦੇ ਹੁੰਦੇ ਹੋ? ਸੋਚ ਕੇ ਰੱਬ ਦੇ ਸਹਾਰੇ ਪਾ ਦੇਈਦੀ ਹੈ, ਮਿਲਦਾ ਤਾਂ ਕੁਛ ਵੀ ਨਹੀਂ, ਹੈ ਨਾ, ਪਤਾ ਵੇ ਗੱਲ ਕਰੀਏ। ਅਤੇ ਫਿਰ ਐਂ ਤਾਂ ਨਹੀਂ ਕਰਦੇ ਵੀ 1-2-3 ਇਹਨੂੰ ਪਾ ਦਿਓ ਕਿ? ਹਾਂ, ਪਤਾ ਵੋਟ 'ਤੇ ਚੱਲ ਸਿਆਣਿਆ ਕਿ ਭਾਵੇਂ ਸਕਾ ਪਿਓ, ਬਹੁਤ ਆਪਦੀ ਮਰਜ਼ੀ ਦੀ ਪਾਉਂਦੇ ਸਾਰੇ, ਝੂਠ ਜਿੰਨਾ ਮਰਜ਼ੀ ਲੋਕ ਮਾਰੀ ਜਾਣ, ਕਈ ਇਹਨੇ ਲੈ ਕੇ ਵੀ ਨਹੀਂ ਪਾਉਂਦੇ। ਅਸੀਂ ਕਦੀ ਚਵਾਨੀ ਨਹੀਂ ਕਿਸੇ ਤੋਂ ਲਈ, ਇੱਕ ਚਾਹ ਨਹੀਂ ਪੀਤੀ, ਨਹੀਂ ਸਿੱਧੀ ਗੱਲ ਆ, ਆਪਦੀ ਕਰਕੇ ਖਮਨੇ ਕੀਰਤ ਕੁਮਾਰ ਆ।
ਮਰਜ਼ੀ ਨਾਲ ਹੀ ਵੋਟ ਪਾਉਣੀ ਆ। ਠੀਕ ਹੈ ਠੀਕ ਹੈ, ਸਤਿ ਸ਼੍ਰੀ ਅਕਾਲ ਆਂਟੀ। ਮੈਂ ਦੇਖਿਆ ਤੁਸੀਂ ਥਾਰ ਚਲਾ ਕੇ ਆਏ ਹੋ, ਇਹ ਥਾਰ ਕਦੋਂ ਸਿੱਖੀ ਸੀ ਚਲਾਉਣੀ? ਥਾਰ ਕਾਫੀ ਟਾਈਮ ਤੋਂ ਸਿੱਖੀ ਜੀ। ਹਾਂਜੀ, ਬੱਚੇ ਘਰੇ ਨੇ ਕਿ ਆਪ ਹੀ ਥਾਰ ਲੈ ਕੇ ਜਦੋਂ ਦਿਲ ਕਰਦਾ ਨਿਕਲ ਜਾਂਦੇ ਹੋ? ਨਹੀਂ ਨਹੀਂ, ਬੱਚੇ ਪੜ੍ਹਦੇ ਜੀ। ਇਹ ਸਿਖਾਈ ਕਿਹਨੇ ਸੀ ਥਾਰ ਚਲਾਉਣੀ? ਮੇਰੇ ਹਸਬੈਂਡ ਨੇ। ਹਾਂਜੀ, ਫਿਰ ਤਾਂ ਤੁਹਾਡੇ ਹਸਬੈਂਡ ਬੜੇ ਸਪੋਰਟਿੰਗ ਨੇ। ਹਾਂਜੀ ਹਾਂਜੀ। ਦੱਸੋ ਵੀ ਮਾਹੌਲ ਇਸ ਟਾਈਮ ਚੋਣਾਂ ਦਾ ਕਿਵੇਂ ਦਾ ਬਣਿਆ ਹੋਇਆ ਇੱਥੇ ਖਡੂਰ ਸਾਹਿਬ ਦੇ ਵਿੱਚ? ਤੁਸੀਂ ਇੱਥੋਂ ਖਾਸ ਖਡੂਰ ਸਾਹਿਬ ਦੇ ਰਹਿਣ ਵਾਲੇ? ਹਾਂਜੀ, ਲਾਗੇ ਪਿੰਡ 'ਚ ਸਾਡਾ, ਮੀਆਂ ਪਿੰਡ। ਅੱਛਾ, ਮੀਆਂ ਪਿੰਡ ਤੋਂ ਆਏ ਹੋ ਤੁਸੀਂ, ਠੀਕ ਹੈ। ਇਸ ਵਾਰ ਚੋਣਾਂ ਦੇ ਵਿੱਚ ਕੌਣ ਕੌਣ ਖੜਾ ਹੋਇਆ ਪਤਾ ਤੁਹਾਨੂੰ? ਹਾਂਜੀ, ਅੰਮ੍ਰਿਤਪਾਲ ਅਤੇ ਇੱਕ ਪਾਸੇ ਟੌਂਗ ਜੇ। ਹਾਂਜੀ, ਅਸੀਂ ਤਾਂ ਅੰਮ੍ਰਿਤਪਾਲ ਨੂੰ ਪਾਵਾਂਗੇ ਵੋਟਾਂ। ਕਿਉਂ? ਕਿਉਂਕਿ ਅੰਮ੍ਰਿਤਪਾਲ ਨੇ ਵਧੀਆ ਕੰਮ ਕੀਤਾ ਜਿੰਨਾ ਟਾਈਮ ਰਹੇ ਆ ਸਾਡੇ ਕੋਲ, ਅਤੇ ਇਸ ਕਰਕੇ ਅਸੀਂ ਅੰਮ੍ਰਿਤਪਾਲ ਨੂੰ ਪਾਵਾਂਗੇ। ਹਾਂਜੀ ਹਾਂਜੀ। ਦੇ ਬਾਰੇ ਵਿਰੋਧੀ ਪਾਰਟੀਆਂ ਬਹੁਤ ਕੁਛ ਬੋਲਦੀਆਂ ਨੇ ਵੀ ਇਹ ਆਰਐਸਐਸ ਦਾ ਭੇਜਿਆ ਹੋਇਆ ਸੀ, ਇਹ ਕੇਂਦਰ ਦੀਆਂ ਚਾਲਾਂ ਸੀਗੀਆਂ ਵੀ ਅੰਮ੍ਰਿਤਪਾਲ ਨੂੰ ਇੱਥੇ ਲਿਆਉਣਾ ਅਤੇ ਫਿਰ ਚੋਣਾਂ ਦੇ ਵਿੱਚ ਖੜਾ ਕਰਨਾ। ਅਕਾਲੀ ਦਲ ਹੀ ਕਹਿ ਰਿਹਾ, ਫਿਰ ਉਹਨੂੰ ਕਿਵੇਂ ਵੇਖਦੇ ਹੋ ਤੁਸੀਂ? ਨਹੀਂ ਜੀ, ਉਹ ਇੱਕ ਦੂਜੀ ਪਾਰਟੀ ਵਿਰੋਧ ਤਾਂ ਕਰਦਾ ਹੀ ਹੈ ਇੱਕ ਦੂਜੇ ਦਾ, ਅਤੇ ਪਰ ਸਾਨੂੰ ਇਸ ਵਿਰੋਧ ਦੇ ਨਾਲ ਕੋਈ ਨਹੀਂ ਹੈਗਾ ਵੀ ਉਹ ਮਤਲਬ ਸਾਫ਼ ਸੁਥਰਾ ਆਦਮੀ ਹੈ ਅਤੇ ਉਹਨੂੰ ਅਸੀਂ ਪਾਵਾਂਗੇ ਵੋਟ। ਲੱਗਦਾ ਫਿਰ ਅੰਮ੍ਰਿਤਪਾਲ ਸਿੰਘ ਵੀ ਜੇ ਜਿੱਤਦੇ ਨੇ ਫਿਰ ਅੱਗੇ ਜਾ ਕੇ ਤੁਹਾਡੀ ਗੱਲ, ਤੁਹਾਡੇ ਇਲਾਕੇ ਦੀ ਗੱਲ ਰੱਖਣ? ਬਿਲਕੁਲ ਕਰਨਗੇ, ਬਿਲਕੁਲ ਕਰਨਗੇ, ਜੇ ਉਹਨਾਂ ਅੱਗੇ ਕੀਤੀ ਤਾਂ ਗਾਂਵੇਂ ਕਰਨਗੇ। ਹਾਂਜੀ, ਇਹਨਾਂ ਦਿਨਾਂ 'ਚ ਕਿਹੜੀਆਂ ਗੱਲਾਂ ਉਹਨਾਂ ਦੀਆਂ ਚੰਗੀਆਂ ਲੱਗੀਆਂ ਤੁਹਾਨੂੰ ਅੰਮ੍ਰਿਤਪਾਲ ਸਿੰਘ ਦੀਆਂ? ਵੇਖੋ ਜੀ, ਉਹਨਾਂ ਨੇ ਹਰ ਪਾਸੇ ਮਦਦ ਕੀਤੀ ਆ ਵੀ ਨਸ਼ਾ ਛਡਾਉਣ ਦੀ, ਪੂਰੀ ਮਤਲਬ ਕੋਸ਼ਿਸ਼ ਕੀਤੀ ਜਿੰਨਾ ਟਾਈਮ ਰਹੇ ਆ, ਅਤੇ ਉਹਨਾਂ ਦੀ ਹਰ ਗੱਲ ਦੇ ਵਿੱਚ ਸੱਚਾਈ ਆ। ਜਦੋਂ ਉਹਨਾਂ ਨੇ ਜਲੰਧਰ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਬੈਂਚ ਕੱਢ ਕੇ ਸਾੜੇ ਬਾਹਰ, ਉਹਦਾ ਵਿਰੋਧ ਹੋਇਆ ਬਹੁਤ, ਹੈ ਨਾ? ਉਹ ਸਾਰੀਆਂ ਚੀਜ਼ਾਂ ਦਾ ਫਿਰ ਤੁਸੀਂ ਕਿਵੇਂ ਦੇਖਦੇ ਹੋ ਵੀ ਉਹਨਾਂ ਨੇ ਬੈਂਚ ਸਾੜੇ ਬਾਹਰ, ਜਾਂ ਫਿਰ ਇਸ ਤੋਂ ਬਾਅਦ ਜਦੋਂ ਅਜਨਾਲਾ ਦੇ ਵਿੱਚ ਉਹ ਗਏ ਨੇ ਉੱਥੇ ਪੁਲਿਸ ਦੇ ਨਾਲ ਟਕਰਾਅ ਹੋਇਆ, ਉਹਦਾ ਵੀ ਵਿਰੋਧ ਹੋਇਆ ਵੀ ਉਹ ਉਹਨਾਂ ਨੇ ਗਲਤ ਕੀਤਾ? ਹਾਂਜੀ, ਉਹ ਮੈਨੂੰ ਤਾਂ ਬਾਹਲਾ ਇਹ ਬਾਰੇ ਪਤਾ ਨਹੀਂ ਆ, ਪਰ ਇਹ ਪਤਾ ਵੀ ਜਿਹੜੇ ਕੰਮ ਉਹਨਾਂ ਨੇ ਵਧੀਆ ਕੀਤੇ ਉਹਦੇ ਬਾਰੇ ਸਾਨੂੰ ਪਤਾ ਵੀ ਵਧੀਆ ਕੀਤੇ। ਹਾਂਜੀ ਹਾਂਜੀ। ਫਿਰ ਵੋਟ ਪਾਉਣੀ ਹੁੰਦੀ ਆ ਉਦੋਂ ਹਸਬੈਂਡ ਨਾਲ ਬੱਚਿਆਂ ਨਾਲ ਸਲਾਹ ਕਰਦੇ ਹੁੰਦੇ ਕਿ ਆਪਣੀ ਮਰਜ਼ੀ ਕਰਦੇ? ਨਹੀਂ, ਸਾਰਿਆਂ ਸਲਾਹ ਨਾਲ। ਹਾਂਜੀ ਹਾਂਜੀ। ਹੋਰ ਕੋਈ ਲੀਡਰ ਚੰਗਾ ਨਹੀਂ ਲੱਗਦਾ ਅਕਾਲੀ ਦਲ ਕਾਂਗਰਸ ਵੱਲੋਂ, ਇਹ ਕੋਈ ਚੰਗਾ ਨਹੀਂ? ਹਾਂਜੀ, ਨਹੀਂ ਨਹੀਂ ਨਹੀਂ, ਕੋਈ ਕਿ ਜਿਨ੍ਹਾਂ ਨੇ ਵੀ ਮਤਲਬ ਆਏ ਕਿਸੇ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਅਤੇ ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ। ਬਦਲਾਅ ਵਾਲੀ ਸਰਕਾਰ ਆਈ ਸੀ, ਆਹ ਹੁਣ 2.5 ਸਾਲ ਹੋ ਗਏ, ਇਹਨਾਂ ਨੇ ਬਦਲਾਅ ਲਿਆਂਦਾ? ਬਿਲਕੁਲ, ਸਾਨੂੰ ਤਾਂ ਕੋਈ ਬਦਲਾਅ ਨਹੀਂ। ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਜਿਹੜੀ ਫੀਸ ਘੱਟ ਕਰਾਂਗੇ, ਜੇ ਕਰਾਂਗੇ ਵੋ ਕਰਾਂਗੇ, ਕੁਛ ਨਹੀਂ ਇਹੋ ਜਿਹਾ ਹੋਇਆ। ਉਹਨਾਂ ਨੇ ਬਿੱਲ ਮਾਫ਼ ਕਰ ਦਿੱਤੇ, ਬਿਜਲੀ ਮਾਫ਼ ਕਰ ਦਿੱਤੀ? ਹਾਂ ਕੀਤੀ ਹੋਣਗੇ ਚਲੋ ਕਈਆਂ ਦੇ, ਮਤਲਬ ਜਿਨ੍ਹਾਂ ਦੇ ਜ਼ੀਰੋ ਬਿੱਲ ਆਉਂਦਾ ਵਾ। ਤਾਂ ਫਿਰ ਉਹ ਜਿਹੜਾ ਬੱਸ ਵਾਲਾ ਮੁਫ਼ਤ ਸਫ਼ਰ, ਉਹ ਵੀ ਨਹੀਂ, ਤੁਸੀਂ ਤਾਂ ਥਾਰ ਲੈ ਕੇ ਜਾਂਦੇ ਹੋ। ਹਾਂਜੀ ਹਾਂਜੀ ਬਿਲਕੁਲ, ਉਹਨਾਂ ਨੇ ਬੀਬੀਆਂ ਲਈ ਮੁਫ਼ਤ ਸਫ਼ਰ ਕਰਤਾ, ਉਹ ਤਾਂ ਚੰਗਾ ਕੀਤਾ। ਨਹੀਂ, ਉਹਦੇ ਵਿੱਚ ਕੋਈ ਐਡਾ ਫਾਇਦਾ ਤਾਂ ਹੈ ਨਹੀਂ ਆ ਵੀ ਸਫ਼ਰ ਫ੍ਰੀ ਕਰ ਦਿੱਤਾ, ਉਹਦੇ ਨਾਲੋਂ ਕੋਈ ਹੋਰ ਸਹੂਲਤ ਦੇ ਦਿੰਦੇ ਉਹ ਵਧੀਆ ਸੀ। ਹਾਂਜੀ, ਉਹ ਤਾਂ ਕੋਈ ਐਡਾ ਫਾਇਦੇ ਵਾਲਾ ਹੈ ਨਹੀਂ ਕਿ ਬੀਬੀਆਂ ਨੇ ਮਤਲਬ ਨਹੀਂ ਵੀ ਲੋੜ ਹੈਗੀ, ਉਹ ਤਾਂ ਵੀ ਚੱਲ ਜਾਂਦੀਆਂ ਵਾ, ਨਾਲੇ ਘਰ ਦੇ ਕੰਮ ਚੜ੍ਹਦੀਆਂ, ਨਾਲੇ ਮਤਲਬ ਗੁਰਦੁਆਰੇ 'ਚ ਇੱਥੇ ਚੱਲ ਜਾਓ ਉੱਥੇ ਚੱਲ ਜਾਓ, ਹੈ ਨਾ? ਮਤਲਬ ਮੈਨੂੰ ਦੱਸੋ ਪਹਿਲਾਂ ਵੀ ਰਾਸ਼ਨ ਆ ਰਿਹਾ ਘਰੇ? ਰਾਸ਼ਨ ਘਰ ਨਹੀਂ ਆ ਰਿਹਾ, ਸਾਡੇ 2 ਮਹੀਨੇ ਹੋ ਗਏ, 1 ਮਹੀਨਾ ਮਿਲਿਆ, ਮੁੜ ਕੇ 2-3 ਮਹੀਨੇ ਮਿਲਿਆ ਨਹੀਂ ਆ। ਗੱਡੀ ਆਲੇ ਦੁਆਲੇ ਵੰਡ ਕੇ ਚਲ ਜਾਂਦੀ ਆ, ਅਤੇ ਆਈ ਗੱਡੀ ਲਾ ਕੇ ਅਤੇ ਭੱਜ ਗਏ ਆ। ਨਹੀਂ ਨਹੀਂ, ਫਿਰ ਮਤਲਬ ਰਾਸ਼ਨ ਤਾਂ ਆ ਰਿਹਾ ਨਾ, ਜੇ ਗੱਡੀ ਆ ਰਹੀ ਹੈ ਤੁਹਾਨੂੰ ਕਿਉਂ ਨਹੀਂ ਮਿਲ ਰਿਹਾ? ਗੱਡੀਆਂ ਲਾਉਂਦੇ ਨਹੀਂ, ਹਰ ਵਾਰੀ ਹਰ ਦਫ਼ਾ ਵੰਡ ਕੇ ਚਲ ਜਾਂਦੇ ਆ। ਨਹੀਂ, ਐਵੇਂ ਕਿਉਂ? ਕੀ ਪਤਾ ਕੀ ਗੱਲ ਆ, ਕਿੱਧਰ ਕਿਤੇ ਵੰਡ ਜਾਂਦੇ ਆਪਣੇ ਫਰਮਾਇਸ਼ ਵਾਲੇ ਬੰਦੇ ਜਿਹੜੇ ਆ। ਰਾਸ਼ਨ ਕਾਰਡ ਬਣੇ ਹੋਏ ਆ ਪ੍ਰੋਪਰ? ਸਹੀ ਹੈ ਬਿਲਕੁਲ? ਹਾਂ ਸਹੀ ਹੈ ਸਾਰਾ ਕੁਛ, 2-3 ਵਾਰੀ ਸਾਨੂੰ ਕਣਕ ਮਿਲੀ, ਨਾ ਆਟਾ ਹੀ ਮਿਲਿਆ। ਉਹਨਾਂ ਨੂੰ ਪੁੱਛਿਆ ਨਹੀਂ ਜਾ ਕੇ ਵੀ ਕੀ ਪ੍ਰੋਬਲਮ ਆ?
ਨਾ ਹੀ ਪਿੱਛੇ ਕੀ ਕਰੀਏ ਫਿਰ ਹੁਣ ਆ ਤਾਂ ਇਹੋ ਜਿਹਾ ਕੰਮ ਛੱਡ ਕੇ ਕਿੱਥੇ ਜਾਈਏ ਨਾ ਸਾਨੂੰ ਪਤਾ ਹੀ ਹੁੰਦਾ ਵੀ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਵੋਟਾਂ ਦਾ ਕੀ ਮਾਹੌਲ ਚੱਲ ਰਿਹਾ ਖਡੂਰ ਸਾਹਿਬ 'ਚ ਵੋਟਾਂ ਦੇ ਬਹੁਤ ਦੂਰ ਆ ਰਹੇ ਲੱਗ ਜਾ ਕੇ ਵਿਖਾ ਕਿਹਨੂੰ ਪਾਉਣੀ ਆ ਇੱਕ ਮੈਨੂੰ ਦੱਸਿਓ ਵੀ ਅਕਾਲੀ ਦਲ ਦੀ ਸੀਟ ਰਹੀ ਹੈ ਇੱਥੇ ਲਗਾਤਾਰ ਬਹੁਤ ਲੰਬੇ ਟਾਈਮ ਤੋਂ ਹੁਣ ਅਕਾਲੀ ਦਲ ਦਾ ਕੀ ਵਜੂਦ ਹੈ ਇੱਥੇ ਵੇਖੋ ਜੀ ਅਕਾਲੀ ਦਲ ਦਾ ਕੋਈ ਵਜੂਦ ਨਹੀਂ ਹੈਗਾ ਅਸੀਂ ਪੱਕੇ ਅਕਾਲੀ ਹਾਂ ਜਿਹੜੇ ਅਸੀਂ ਉਲਟਵਾਂ ਇਹ ਜਥੇਦਾਰ ਅਕਾਲੀ ਦਲ ਦੇ ਪ੍ਰਧਾਨ ਰਹੇ ਆ ਸਰਕਲ ਪ੍ਰਧਾਨ ਰਹੇ ਦਸ ਸਾਲ ਕੋਈ ਗੱਲ ਨਹੀਂ ਹੈਗੀ ਆ ਅਕਾਲੀ ਦਲ ਦਾ ਵਜੂਦ ਕਿਉਂ ਨਹੀਂ ਰਿਹਾ ਕੋਈ ਅਕਾਲੀ ਦਲ ਦਾ ਵਜੂਦ ਇਹ ਕਰਕੇ ਨਹੀਂ ਰਿਹਾ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿਉਂਕਿ ਪਹਿਲਾਂ ਮੈਂ ਵੀ ਅਕਾਲੀ ਹਾਂ ਸਰਕਲ ਪ੍ਰਧਾਨ ਰਿਹਾ ਮੈਂ ਇਹ ਨਹੀਂ ਵੀ ਇੱਕੇ ਵਾਰ ਤਿੰਨ ਵਾਰੀ ਸਰਕਲ ਪ੍ਰਧਾਨ ਬਣਿਆ ਤਿੰਨ ਸਾਲ ਬਾਅਦ ਪਰ ਉਹ ਲੋਕਾਂ ਨੂੰ ਇਹ ਉਜਾਗਰ ਹੋ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਆ ਉਹ ਇੰਨਾ ਮਿਲ ਕੇ ਉਹ ਜਿਹੜਾ ਸਾਧ ਆ ਉਹਦੇ ਨਾਲ ਕਰਾਈ ਹੈ ਸਰਸਿਆਲ ਇਸ ਕਰਕੇ ਅਕਾਲੀ ਦਲ ਭਾਵੇਂ ਉੱਤੋਂ ਮਾੜਾ ਮੋਟਾ ਲੋਕ ਆਓ ਜੀ ਕਰਦੇ ਕਿਉਂਕਿ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਪਾਰਟੀ ਦੇ ਵਿੱਚ ਜਿਹੜੇ ਬੰਦੇ ਗਾੜੀ ਲੱਗੇ ਹੁੰਦੇ ਨਾ ਜਦੋਂ ਉਹ ਮਾੜੇ ਪੈ ਜਾਂਦੇ ਉਹ ਪਾਰਟੀ ਮਾੜੀ ਹੋ ਜਾਂਦੀ ਜਿਹੜੀ ਪਾਰਟੀ 'ਚ ਬੰਦੇ ਚੰਗੇ ਹੁੰਦੇ ਆ ਗਾੜੀ ਲੱਗਦੇ ਆ ਉਹਨਾਂ ਦਾ ਆਧਾਰ ਹੁੰਦਾ ਆਪਣਾ ਇੱਕ ਉਹਨਾਂ ਦਾ ਨਿੱਜੀ ਜੀਵਨ ਵੀ ਹੁੰਦਾ ਮੇਰਾ ਪੂਰਾ ਇਹ ਨਹੀਂ ਵੀ ਚਲੋ ਮੈਂ ਪ੍ਰਚਾਰ ਕਰਤਾ ਅਤੇ ਅੰਦਰੋਂ ਮੈਂ ਖੋਖਲਾਂ ਬਾਹਰ ਲੈਵਲ 'ਤੇ ਜੋ ਮਰਜ਼ੀ ਆਖੀ ਮੈਂ ਵੀ ਜੋ ਮਰਜ਼ੀ ਆਖੀ ਜਾਵਾਂ ਮੈਂ ਤਾਂ ਤੁਹਾਨੂੰ ਦੱਸਦੀ ਗੱਲ ਵੀ ਪਾਰਟੀ ਅਕਾਲੀ ਦਲ 'ਚ ਰਹਿਣਾ ਵੀ ਆ ਛੱਡਣੀ ਵੀ ਨਹੀਂ ਹੈਗੀ ਲੇਕਿਨ ਇਹ ਆ ਵੀ ਜੇ ਸਾਨੂੰ ਅਗਲੇ ਬੰਨੇ ਬੰਦੇ ਮਾੜੇ ਜਾਵਦੇ ਪਛਾਣ ਜੋ ਜੇ ਚੰਗੇ ਆ ਗਏ ਥੋੜ੍ਹੇ ਅੱਗੇ ਹੋ ਜਾਓ ਅੱਛਾ ਹੁਣ ਤੁਸੀਂ ਮੈਨੂੰ ਇਹ ਵੀ ਦੱਸੋ ਵੀ ਤੁਸੀਂ ਇੰਨਾ ਟਾਈਮ ਇੱਥੇ ਅਕਾਲੀ ਦਲ ਨਾਲ ਰਹੇ ਹੋ ਹੁਣ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਹੈ ਅੰਮ੍ਰਿਤਪਾਲ ਸਿੰਘ ਦੇ ਆਉਣ ਨਾਲ ਫਰਕ ਪੈ ਰਿਹਾ ਅਕਾਲੀ ਦਲ ਦੀਆਂ ਸੀਟਾਂ ਦੇ ਉੱਤੇ ਵੇਖੋ ਜੀ ਸਭ ਤੋਂ ਲੋਕ ਜ਼ਿਆਦਾ ਖਿਲਾਫ ਨੇ ਨਸ਼ੇ ਦੇ ਨਸ਼ਾ ਅਕਾਲੀ ਦਲ ਦੇ ਸਰਕਾਰ ਦੇ ਵੇਲੇ ਆਇਆ ਤੁਸੀਂ ਉਦੋਂ ਤੁਸੀਂ ਵੇਖਦੇ ਸੀਗੇ ਵੀ ਅਕਾਲੀ ਦਲ ਦੀ ਸਰਕਾਰ ਵੇਲੇ ਜੇਕਰ ਜਿਵੇਂ ਤੁਸੀਂ ਕਿਹਾ ਵੀ ਨਸ਼ਾ ਉਦੋਂ ਆਇਆ ਫਿਰ ਅਕਾਲੀ ਦਲ ਨੇ ਰੋਕਿਆ ਕਿਉਂ ਨਹੀਂ ਉਦੋਂ ਅਕਾਲੀ ਦਲ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਇਹ ਤਾਂ ਅਕਾਲੀ ਦਲ ਨੂੰ ਪਤਾ ਅਸੀਂ ਤਾਂ ਸਾਡਾ ਫਰਜ਼ ਆ ਹੇਠ ਲੈਵਲ ਦੇ ਬੰਦੇ ਸਾਡਾ ਫਰਜ਼ ਆ ਸ਼ਿਕਾਇਤ ਕਰਨੀ ਉਹਨਾਂ ਨੂੰ ਅੰਦਰ ਦੀ ਗੱਲ ਜਿਹੜੀ ਲੋਕਾਂ ਦੀ ਗਰਾਊਂਡ ਲੈਵਲ 'ਤੇ ਉਹ ਦੱਸਣੀ ਗਾੜੀ ਤਾਂ ਉਹਨਾਂ ਜੋ ਕਰਨਾ ਸਾਡਾ ਕੀ ਸ਼ਿਕਾਇਤ ਲਾਉਂਦੇ ਸੀਗੇ ਤੁਸੀਂ ਨਸ਼ੇ ਬਾਰੇ ਦੱਸਦੇ ਸੀ ਉਹਨਾਂ ਨੂੰ ਦੱਸਦੇ ਹਾਂ ਅਸੀਂ ਜਦੋਂ ਜੇ ਮੈਂ ਬਹੁਤੀ ਗੱਲ ਨਹੀਂ ਕਰਨਾ ਰਹਿੰਦੇ ਨੇ ਰਾਜ ਖੁੱਲ ਜਾਣਗੇ ਬੜਾ ਕੁਝ ਹੁੰਦਾ ਵਾ ਇਹ ਕਰਕੇ ਹੁਣ ਆਉਂਦੇ ਹੁੰਦੇ ਇੱਕ ਰੂਨੀ ਰੂਨੀ ਆਵਾ ਉੱਤ ਗਿਆ ਹੁਣ ਸਾਰੇ ਨਸ਼ਾ ਟੋਟਲੀ ਫੈਲ ਗਿਆ ਕੋਈ ਲੀਡਰ ਸਿਆਸੀ ਲੀਡਰ ਕੋਈ ਕਰਮਚਾਰੀ ਜਾਂ ਜੋ ਵੀ ਹੈਗੇ ਆ ਕੋਈ ਵੀ ਇਹਨੂੰ ਰੋਕ ਕੇ ਰਾਜੀ ਨਹੀਂ ਤੁਸੀਂ ਇਹ ਕਹਿ ਰਹੇ ਹੋ ਵੀ ਅੰਮ੍ਰਿਤਪਾਲ ਸਿੰਘ ਰੋਕ ਰਿਹਾ ਸੀ ਨਸ਼ਾ ਹਾਂ ਉਹਨੇ ਰੋਕਿਆ ਥੋੜ੍ਹਾ ਚਿਰ ਥੋੜ੍ਹਾ ਉਹਦਾ ਵੀ ਵਤੀਰਾ ਲੋਕਾਂ ਪ੍ਰਤੀ ਗਲਤ ਹੋ ਗਿਆ ਅਤੇ ਗਲਤ ਹੋ ਗਿਆ ਥੋੜ੍ਹਾ ਤੇਜ਼ ਚੱਲ ਪਿਆ ਮਤਲਬ ਆਉਂਦੇ ਹੁੰਦੇ ਨੇ ਸਹਿਜੇ ਸਹਿਜੇ ਨੱਚ ਕੁੜੇ ਜੰਡਿਆਲਾ ਨੇੜੇ ਆਇਆ ਮਤਲਬ ਕੋਈ ਕੰਮ ਹੌਲੀ ਹੌਲੀ ਲੋਕਾਂ ਦੀ ਨਬਜ਼ ਵੇਖ ਕੇ ਲੋਕਾਂ ਦੇ ਵਿਹਾਰ ਨੂੰ ਜੇ ਠੀਕ ਕਰਨਾ ਉਹਨਾਂ ਦੀ ਰਹਿਣਾ ਫਿਰ ਕਰਨਾ ਪੈਂਦਾ ਥੋੜ੍ਹਾ ਤੇਜ਼ ਚੱਲ ਗਿਆ ਅੰਮ੍ਰਿਤਪਾਲ ਸਿੰਘ ਤੁਸੀਂ ਇਹ ਕਹਿ ਰਹੇ ਹੋ ਹਾਂਜੀ ਤੁਸੀਂ ਇਹ ਕਹਿ ਰਹੇ ਹੋ ਵੀ ਅੰਮ੍ਰਿਤਪਾਲ ਥੋੜ੍ਹਾ ਤੇਜ਼ ਚੱਲ ਪਿਆ ਕਾਹਲੀ ਕਰ ਗਿਆ ਉਹਦਾ ਲੋਕ ਇਸ ਵੇਲੇ ਵੇਖੋ ਅੰਮ੍ਰਿਤਪਾਲ ਦੇ ਅੱਖ 'ਚ ਹੈਗੇ ਆ ਤੁਹਾਡਾ ਅਕਾਲੀ ਦਲ ਦਾ ਵਿਰੋਧ ਕਰ ਰਿਹਾ ਅਕਾਲੀ ਦਲ ਦਾ ਵਲਟੋਆ ਸਾਹਿਬ ਕਹਿੰਦੇ ਵੀ ਆਰ ਐਸ ਐਸ ਨੇ ਭੇਜਿਆ ਮੈਂ ਤੁਹਾਨੂੰ ਪਹਿਲੋਂ ਕਿਹਾ ਅਕਾਲੀ ਦਲ 'ਚ ਹਾਂ ਛੱਡਿਆ ਨਹੀਂ ਨਾ ਛੱਡਣਾ ਵਾ ਵੋਟ ਕਈ ਵਾਰੀ ਉੱਤੇ ਹੇਠਾਂ ਹੁੰਦੀ ਆ ਕਿਸੇ ਵੇਲੇ ਕੋਈ
ਚੰਗਾ ਕੈਂਡੀਡੇਟ ਰਹਿੰਦਾ, ਕੋਈ ਮਾੜਾ ਆ ਜਾਂਦਾ, ਕੋਈ ਹੁਣ ਵੇਖੋ ਕਿਹੋ ਜਿਹਾ ਆਉਂਦਾ ਜੇ ਤਾਂ ਕੋਈ ਚੋਣ ਨਿਸ਼ਾਨ ਨਹੀਂ ਮਿਲਿਆ। ਚੋਣਾਂ ਬਾਰੇ ਸਾਰਾ ਕੁਛ ਦੇਖ ਰਹੇ ਹੋ, ਆਲੇ ਦੁਆਲੇ ਵੋਟਾਂ ਬਾਰੇ ਕੀ ਕੁਛ ਚੱਲ ਰਿਹਾ? ਹਾਂਜੀ, ਉਹ ਆਉਂਦੇ ਆ ਗੱਡੀ ਲੈ ਕੇ ਅਤੇ ਉਹ ਰੈਲੀ ਜੀ ਕੱਢਦੇ ਆ, ਨਾਲ ਉਹ ਕੈਮਰੇ ਜੀ ਵਾਲੀ ਗੱਡੀ ਵੀ ਆਉਂਦੀ ਆ। ਹਾਂਜੀ, ਕੌਣ ਆਉਂਦਾ? ਮੇਰੇ ਖਿਆਲ ਨਾਲ ਚੋਣਾਂ ਵਾਲੇ ਆਉਂਦੇ ਆ। ਇੱਕ ਦਿਨ ਅੰਮ੍ਰਿਤਪਾਲ ਵਾਲੀ ਕਾਰਡ ਵੀ ਨਿਕਲੀ ਸੀ, ਉਹਨਾਂ ਦੀ ਰੈਲੀ ਵੀ ਸੀ। ਕੀ ਲੱਗਦਾ ਕਿਹੜਾ ਲੀਡਰ ਚੰਗਾ ਹੈ ਇੱਧਰਲੀ ਸਭ ਪਾਸੇ ਹੁਣ ਜਿਹੜੇ ਵੀ ਖੜੇ ਨੇ? ਅੰਮ੍ਰਿਤਪਾਲ ਵਧੀਆ। ਅੰਮ੍ਰਿਤਪਾਲ ਕਿਉਂ? ਕਿਉਂਕਿ ਉਹ ਪੰਜਾਬੀਆਂ ਦੇ ਹੱਕ 'ਚ ਆ, ਜਿਹਨੇ ਬਾਕੀਆਂ ਨੂੰ ਵੀ ਮੌਕੇ ਦਿੱਤੇ ਉਹਨਾਂ 'ਤੇ ਕੁਛ ਨਹੀਂ ਕੀਤਾ। ਹੁਣ ਜਿਹੜਾ ਹੁਣ ਬਣਿਆ ਵਾ ਉਹਨੇ ਵੀ ਤਾਂ ਅੰਮ੍ਰਿਤਪਾਲ ਨੇ ਬੁਰੀ ਕੀਤੀ, ਸਾਡੇ ਪੰਜਾਬੀਆਂ ਨੇ ਬੁਰੀ ਕੀਤੀ ਆ। ਕਿਹਨੇ? ਮਾਨ, ਭਗਵੰਤ ਮਾਨ, ਉਹਨੇ ਵੀ ਤਾਂ ਪੰਜਾਬੀਆਂ ਨੇ ਬੁਰੀ ਕੀਤੀ ਆ। ਜਿਹੜੇ ਉੱਥੇ ਮੋਰਚੇ 'ਤੇ ਗਏ ਸੀਗੇ ਉਹਨਾਂ ਦਾ ਵੀ ਸਾਥ ਨਹੀਂ ਦਿੱਤਾ ਉਹਨੇ, ਅਤੇ ਜੇਲ੍ਹਾਂ 'ਚ ਫੜਵਾ ਤੇ ਆ ਸਾਡੇ ਪੰਜਾਬੀ, ਇਸ ਕਰਕੇ ਉਹ ਵੀ ਠੀਕ ਨਹੀਂ ਆ। ਅਤੇ ਬਾਦਲ ਤਾਂ ਵੈਸੇ ਹੀ ਉਂਝ ਹੀ ਬੁਰੇ ਜਿਹੇ ਆ। ਅੱਛਾ, ਉਹ ਬੁਰੇ ਨੇ? ਇਹ ਤੁਹਾਨੂੰ ਇਹ ਗੁੱਸਾ ਆਉਂਦਾ ਫਿਰ ਅੰਦਰੋਂ ਐਵੇਂ ਸੋਚ ਕੇ ਵੀ ਸਾਡੇ ਨਾਲ ਐਵੇਂ ਹੋ ਰਿਹਾ? ਤਾਂ ਹੀ ਤਾਂ ਅੰਮ੍ਰਿਤਪਾਲ ਨੂੰ ਵੋਟ ਪਾਉਣੀ ਆ। ਲੱਗਦਾ ਵੀ ਅੰਮ੍ਰਿਤਪਾਲ ਤੁਹਾਡੀ ਗੱਲ ਕਰੂਗਾ? ਹਾਂਜੀ, ਕਰੂਗਾ, ਜ਼ਰੂਰ ਕਰੂਗਾ। ਜਦੋਂ ਅੰਮ੍ਰਿਤਪਾਲ ਇੱਥੇ ਸੀ, ਤੁਹਾਡੇ ਹਲਕੇ 'ਚ ਵਿਚਰਦਾ ਸੀ, ਪਿੰਡਾਂ 'ਚ ਜਾਂਦਾ ਸੀ, ਉਦੋਂ ਕੀ ਕੰਮ ਕਰ ਰਿਹਾ ਸੀ? ਚੰਗੇ ਕੰਮ ਕੀ ਕਰ ਰਿਹਾ? ਉਹਨੇ ਗੁਰਦੁਆਰਿਆਂ ਦੇ ਹੱਕ 'ਚ ਆਵਾਜ਼ ਉਠਾਈ ਆ। ਉਹਨੇ ਉਹ ਜਿਹੜੇ ਕਾਨੂੰਨ ਉਹਨਾਂ ਨੇ ਪਾਸ ਕਰਵਾਏ ਆ, ਜਿਹੜੀ ਮੰਗ ਰੱਖੀ ਆ, ਉਹ ਵੀ ਉਹਨਾਂ ਸਾਡੇ ਹੱਕ 'ਚ ਆ, ਗੁਰਦੁਆਰਿਆਂ ਦੇ ਹੱਕ 'ਚ। ਮੇਰੀ ਬਾਤ ਸੁਣ ਵਾਲੀ ਆ। ਚਲੋ, ਸ਼ੁਕਰੀਆ। ਐਵੇਂ ਅੰਮ੍ਰਿਤਪਾਲ ਵੱਲ ਕਿਉਂ ਹੈ? ਵੀ ਉਹ ਬਹੁਤ ਵਧੀਆ ਵਿਕਾਸ ਕਰਵਾ ਰਿਹਾ, ਜੇਲ੍ਹ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਆ। ਅੰਮ੍ਰਿਤਪਾਲ ਤਾਂ ਹੁਣ ਆਇਆ, ਉਸ ਤੋਂ ਪਹਿਲਾਂ ਤਾਂ ਬਾਕੀ ਹੋਰ ਲੀਡਰ ਸੀਗੇ, ਹੋਰ ਪਾਰਟੀਆਂ ਸੀਗੀਆਂ, ਫਿਰ ਉਹਨਾਂ ਵੱਲ ਕਿਉਂ ਨਹੀਂ ਹੈਗੇ? ਉਹਨਾਂ ਦਾ ਕੋਈ ਵੀ ਨਹੀਂ ਆ ਜੀ ਇਸ ਟਾਈਮ ਸਰ। ਉਹ ਕਿਉਂ? ਗਦਾਰ ਨੇ ਸਾਰੇ। ਗਦਾਰ? ਕਿਵੇਂ, ਕੀ ਗਦਾਰੀ ਕੀਤੀ ਉਹ? ਵੀ ਉਹਨਾਂ ਨੇ ਕੋਈ ਇੱਥੇ ਕੀਤਾ ਨਹੀਂ, ਕੋਈ ਮਸਲਾ ਨਹੀਂ ਹੱਲ ਕਰਾਇਆ ਪਿੰਡ ਦਾ। ਕੀ ਮਸਲੇ ਸੀਗੇ? ਮਸਲੇ ਸੀਗੇ ਜਿੰਨਾ ਪਾਣੀ ਦੇ ਹੋ ਗਏ ਜਾਂ ਕੋਈ ਹੋਰ ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ, ਸਾਰਾ ਕੁਝ ਨਹੀਂ ਕਰਵਾਇਆ ਉਹਨਾਂ ਨੇ। ਤੇ ਸਿਲੰਡਰ ਅੰਮ੍ਰਿਤਪਾਲ ਨੇ ਕਰਾਇਆ? ਨਹੀਂ, ਅੰਮ੍ਰਿਤਪਾਲ ਜਦੋਂ ਹੁਣ ਤੇ ਆਉਂਦੇ ਦੱਪਣ। ਹਾਂਜੀ, ਹੋਰ ਮਸਲੇ ਬਹੁਤ ਨੇ, ਸਿੱਖ ਧਰਮ ਦੇ ਮਸਲੇ ਨੇ, ਬੰਦੀ ਸਿੰਘ ਦੀ ਰਿਹਾਈ ਬਾਰੇ ਤੇ ਹੋਰ ਮਸਲੇ ਨੇ ਜਿਹੜੇ, ਉਹ ਵੀ ਹੱਲ ਕਰਾਉਣੇ ਆ। ਹਾਂਜੀ, ਤੁਹਾਨੂੰ ਲੱਗਦਾ ਵੀ ਉਹ ਅੰਮ੍ਰਿਤਪਾਲ ਦੇ ਆਉਣ ਨਾਲ ਠੀਕ? ਹਾਂਜੀ।